ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤਰਲੀ ਸੰਪੂਰਨ ਥੀਆ ਰਾਮ ਆਇਆ ਸਫਲਤਾ ਹੂ ਕੋ ਬਣਿਆ ਜਾਸ ਰਸਨ ਹਰ ਹਰ ਦਸ ਬਣਿਆ ਆਏ ਬਸੈ ਸਾਧੂ ਕੈ ਸੰਗ ਅਨ ਦਿਨ ਨਾਮ ਧਿਆਵੈ ਰੰਗੇ ਤੁਮਰੀ ਸਰਨ ਤੁਮਾਰੀ ਅਸ ਤੁਮਹੀ ਸਜਨ ਰਾਖੋ ਰਾਖਨ ਹਾਰ ਨਾਨਕ ਸੁਕਾਉ ਟਲ ਗੁਰ ਸੇ ਦਰਸਨ ਪਰਸਿਆ ਜਨਮ ਮਰਨ ਦਰਸਨ ਪਰਸਿਆ ਜਨਮ ਆਸਤਰਨ ਕੋ ਆਪਣੇ ਹੱਥ ਸੁੰਦਰ ਕਰਿਓ ਕੁਸ਼ਾ ਕੇ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀਏ ਕੁੱਲ ਆਲਮ ਸਰਵਰੇ ਕਾਇਨਾਤ ਜੁਗੋ ਜੁਗ ਅਟਲ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ ਅਤੇ ਆਪ ਸੰਗਤਾਂ ਨੇ ਗੁਰੂ ਦਰਬਾਰੇ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਅਮੋਲਕ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਅੱਜ ਦੇ ਦਿਨ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਬਰਾਜੇ ਸਨ। ਇਹ ਅੱਜ ਦਾ ਇਤਿਹਾਸਕ ਪਾਵਨ ਪਵਿੱਤਰ ਦਿਹਾੜਾ ਹੈ। ਸੋ ਗੁਰਮੁਖ ਪਰਿਵਾਰ ਨੇ ਸਤਿਗੁਰਾਂ ਦੇ ਜੋਤੀ ਜੋਤ ਪੁਰਬ ਦੇ ਸੰਬੰਧ ਵਿੱਚ ਬਾਹਰ ਲੰਗਰ ਪ੍ਰਸਾਦੇ ਦੀ ਸੇਵਾ ਜਿਹੜੀ ਹੈ ਉਹ ਚਲਾਈ ਹੋਈ ਹੈ। ਸਤਿਗੁਰਾਂ ਦੇ ਜੋਤੀ ਜੋਤ ਪੁਰਬ ਦੀ ਵਿਚਾਰ ਵੀ ਆਪਾਂ ਸਰਵਣ ਕਰਾਂਗੇ, ਪਰ ਉਸ ਤੋਂ ਪਹਿਲਾਂ ਜੋ ਲੜੀਵਾਰ ਕਥਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜੀਵਨ ਦੀ ਚੱਲ ਰਹੀ ਹੈ ਕੁਝ ਸਮੇਂ ਵਾਸਤੇ ਸਰਵਣ ਕਰੀਏ। ਪਿਛਲੇ ਦੀਵਾਨ ਵਿੱਚ ਸਰਵਣ ਕੀਤਾ, ਬਾਬਾ ਗੁਰਦਿੱਤਾ ਜੀਆਂ ਨੇ ਮਰੀ ਹੋਈ ਗਾਂ ਜਿਉਂਦਾ ਕਰ ਦਿੱਤੀ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਪਤਾ ਲੱਗਾ, ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪੁੱਤਰ ਇਹ ਕੰਮ ਕੁਦਰਤ ਦੇ ਨਿਯਮ ਦੇ ਖਿਲਾਫ਼ ਹੈ। ਕੱਲ੍ਹ ਨੂੰ ਕੋਈ ਵੀ ਮਰੇਗਾ, ਭਾਵੇਂ ਕੋਈ ਅਮੀਰ ਹੈ, ਭਾਵੇਂ ਗਰੀਬ ਹੈ, ਕੋਈ ਰਾਜਾ ਹੈ, ਭਿਖਾਰੀ ਹੈ, ਉਹ ਤਾਂ ਫਿਰ ਸਾਰੇ ਸਾਡੇ ਦਰਵਾਜ਼ੇ 'ਤੇ ਆ ਜਾਣਗੇ, ਇੱਕ ਤੋਂ ਬਾਅਦ ਦੂਜੇ ਨੂੰ ਜਿਉਂਦਾ ਕਰਾਂਗੇ। ਜੇ ਇੱਕ ਨੂੰ ਜਾਨ ਬਖਸ਼ਿਸ਼ ਕਰਾਂਗੇ ਤਾਂ ਫਿਰ ਦੂਜੇ ਨੂੰ ਮੌਤ ਵੰਡਣੀ ਪਵੇਗੀ। ਇਸ ਕਰਕੇ ਪੁੱਤਰ ਇਹ ਸਾਡੇ ਇਖਲਾਕ ਦੇ ਖਿਲਾਫ਼ ਹੈ, ਇਹ ਸਾਡੀ ਮਰਿਆਦਾ ਦੇ ਖਿਲਾਫ਼ ਹੈ, ਇਹ ਕੰਮ ਗਲਤ ਹੋਇਆ। ਹੁਣ ਕਾਰਨ ਇਹ ਹੈ ਵੀ ਜਾਂ ਤਾਂ ਉਸ ਦੀ ਥਾਂ 'ਤੇ ਤੁਸੀਂ ਸਰੀਰ ਛੱਡ ਜਾਓ,
ਅਤੇ ਜਾਂ ਫਿਰ ਅਸੀਂ ਛੱਡ ਜਾਵਾਂਗੇ। ਇਹ ਦੋ ਕੰਮਾਂ ਵਿੱਚੋਂ ਇੱਕ ਕੰਮ ਕਰਨਾ ਹੀ ਪੈਣਾ ਹੈ। ਸੋ ਇਹ ਬਚਨ ਹਨ, ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਜਦੋਂ ਸਤਿਗੁਰਾਂ ਨੇ ਬਚਨ ਕੀਤੇ, ਬਾਬਾ ਗੁਰਦਿੱਤਾ ਸਾਹਿਬ ਜੀ ਮੱਥਾ ਟੇਕ ਕੇ ਗੁਰਮੁਖੋ ਹੱਥ ਵਿੱਚ ਇੱਕ ਨਿੰਮ ਦੀ ਸੋਟੀ ਫੜੀ ਹੋਈ ਹੈ। ਜੇ ਸੋਟੀ ਦੇ ਨਾਲ ਉਸ ਮਰੀ ਹੋਈ ਗਾਂ ਦੇ ਧੌਣ 'ਤੇ ਲਾ ਕੇ ਉਸਨੂੰ ਜਿਉਂਦਾ ਕੀਤਾ, ਹਾਲੇ ਵੀ ਹੱਥ ਵਿੱਚ ਹੀ ਹੈ। ਇੱਕ ਉੱਚੇ ਟਿੱਬੇ ਦੇ ਉੱਪਰ ਚੜ ਗਏ, ਉੱਥੇ ਜਾ ਕੇ ਉਹ ਸੋਟੀ ਗੱਡ ਦਿੱਤੀ ਹੈ ਅਤੇ ਆਪ ਲੰਮੇ ਪੈ ਗਏ, ਸਰੀਰ ਛੱਡ ਗਏ। ਅੱਜ ਵੀ ਤੁਸੀਂ ਕੀਰਤਪੁਰ ਸਾਹਿਬ ਜਾਂਦੇ ਹੋ ਦਰਸ਼ਨ ਕਰਨ ਵਾਸਤੇ, ਅਤੇ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਜਿਹੜਾ ਸਥਾਨ ਹੈ ਨਾ, ਉੱਥੇ ਉਹ ਨਿੰਮ ਦਾ ਰੁੱਖ ਅੱਜ ਵੀ ਆਪਾਂ ਨੂੰ ਦਰਸ਼ਨ ਕਰਨ ਵਾਸਤੇ ਪ੍ਰਾਪਤ ਹੋ ਰਿਹਾ। ਇਹ ਨਿੰਮ ਦਾ ਉਹੀ ਰੁੱਖ ਹੈ ਜਿਹੜਾ ਬਾਬਾ ਗੁਰਦਿੱਤਾ ਸਾਹਿਬ ਜੀਆਂ ਨੇ ਆਪਣਾ ਸਰੀਰ ਛੱਡਣ ਵੇਲੇ ਸੋਟੀ ਗੱਡੀ ਹੈ, ਉੱਥੋਂ ਇਹ ਨਿੰਮ ਦਾ ਰੁੱਖ ਬਣਿਆ। ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ, ਇੱਥੋਂ ਅੱਗੇ ਲੜੀ ਪ੍ਰਾਰੰਭ ਹੋ ਰਹੀ ਹੈ। ਆਓ ਮਨ ਬਿਰਤੀਆਂ ਟਕਾਈਏ, ਬੜੀ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਸ ਵੇਲੇ ਬਾਬਾ ਗੁਰਦਿੱਤਾ ਜੀਆਂ ਨੇ ਆਪਣੇ ਹੱਥਾਂ ਦੇ ਨਾਲ ਕਹਿਣ ਲੱਗੇ ਵੀ ਸਰੀਰ ਛੱਡਣ ਵਾਸਤੇ ਇਹ ਸਾਰੀ ਤਿਆਰੀ ਕੀਤੀ ਹੈ। ਕੁਝ ਕੁਸ਼ਾ ਲੈ ਕੇ ਨਾ, ਦੱਬ ਅਤੇ ਕਾਂ ਲੈ ਕੇ ਅਤੇ ਉਹ ਥੱਲੇ ਵਿਛਾ ਲਈ, ਕਿਉਂਕਿ ਉਹਦੇ ਉੱਪਰ ਲੰਮੇ ਪੈ ਕੇ ਸਰੀਰ ਨੂੰ ਤਿਆਗਣਾ ਹੈ। ਅਤੇ ਕਹਿਣ ਲੱਗੇ ਵੀ ਆਪਣੇ ਸਰੀਰ ਦੇ ਉੱਪਰ ਜਿਹੜਾ ਬਸਤਰ ਲਿਆ ਸੀ ਨਾ, ਚਾਦਰਾ, ਉਹ ਆਪਣੇ ਸਰੀਰ ਤੋਂ ਉਤਾਰ ਕੇ, ਅਤੇ ਉਹ ਜਿਹੜਾ ਬਸਤਰ ਹੈ ਨਾ ਦੋਹਰਾ ਕਰਕੇ, ਅਤੇ ਉਹ ਜਿਹੜੀ ਕੁਸ਼ਾ ਵਸਾਈ ਸੀ ਨਾ, ਡਿੱਬ ਵਸਾਈ ਹੈ ਥੱਲੇ, ਉਹਦੇ ਉੱਪਰ ਉਹ ਦੋਹਰਾ ਕਰਕੇ ਬਸਤਰ ਜਿਹੜਾ ਹੈ ਉਹ ਵਿਛਾ ਦਿੱਤਾ ਹੈ। ਬ੍ਰਿਤ ਸੰਕੋਚ, ਆਪਣੀ ਬਿਰਤੀ ਨੂੰ ਸੰਕੋਚ ਕੇ ਅਤੇ ਕਹਿਣ ਲੱਗੇ ਫਿਰ ਇਸ ਤਰ੍ਹਾਂ ਬੈਠੇ ਹਨ, ਅਤੇ ਕੁਝ ਸਮੇਂ ਵਾਸਤੇ ਜਿਹੜਾ ਨਿੱਜੀ ਸਰੂਪ ਹੈ ਨਾ ਉਹਦੇ ਵਿੱਚ ਧਿਆਨ ਟਿਕਾਇਆ ਹੈ। ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਉਸ ਵੇਲੇ ਅਰਦਾਸ ਬੇਨਤੀ ਕਰਕੇ ਅਤੇ ਫਿਰ ਅਤੇ ਫਿਰ ਆਪਣੇ ਨੇਤਰ ਬੰਦ ਕਰਕੇ ਅਤੇ ਉਹ ਜਿਹੜੀ ਕੁਸਾ ਦੀ ਵਿਛਾਈ ਹੋਈ ਵਿਛਾਈ ਹੈ ਉਹਦੇ ਉੱਪਰ ਦੋਹਰਾ ਬਸਤਰ ਦਿੱਤਾ ਸੀ, ਇੱਕ ਬਸਤਰ ਇੱਕ ਤੈਂ ਚੁੱਕ ਕੇ ਅਤੇ ਉਹਦੇ ਵਿੱਚ ਫਿਰ ਆਪ ਲੰਮੇ ਪੈ ਗਏ ਹਨ, ਅਤੇ ਉਹ ਜਿਹੜੀ ਦੂਜੀ ਤੈਅ ਆ ਨਾ ਬਸਤਰ ਦੀ ਉਹ ਆਪਣੇ ਸਰੀਰ 'ਤੇ ਲੈ ਲਈ ਹੈ। ਅੱਧਾ ਬਸਤਰ ਥੱਲੇ ਹੈ ਪੂਰੀ ਤਰ੍ਹਾਂ ਸਰੀਰ ਦੇ, ਅਤੇ ਅੱਧਾ ਬਸਤਰ ਜਿਹੜਾ ਉਹ ਸਰੀਰ ਦੇ ਬਿਲਕੁਲ ਉੱਪਰ ਲੈ ਕੇ ਚੰਗੀ ਤਰ੍ਹਾਂ ਆਪਣਾ ਸਰੀਰ ਉਹਦੇ ਨਾਲ ਢੱਕ ਕੇ ਅਤੇ ਬਾਬਾ ਗੁਰਦਿੱਤਾ ਜੀਆਂ ਨੇ ਯੋਗ ਸ਼ਕਤੀ ਦੇ ਨਾਲ ਆਪਣੇ ਜਿਹੜੇ ਪ੍ਰਾਣ ਸਨ ਨਾ ਸਵਾਸ ਉਹ ਖਿੱਚ ਲੈ, ਭਾਵ ਕੇ ਸਰੀਰ ਛੱਡਣ ਦੀ ਤਿਆਰੀ ਵਿੱਚ ਹਨ, ਅਤੇ ਸਾਰੇ ਸਰੀਰ ਵੱਲੋਂ ਸਾਵਧਾਨੀ ਕਰਕੇ ਬੜੇ ਸਾਵਧਾਨ ਹੋ ਕੇ ਫਿਰ ਛੇਤੀ ਦੇ ਨਾਲ ਗੁਰਮੁਖੋ ਬਾਬਾ ਗੁਰਦਿੱਤਾ ਸਾਹਿਬ ਜੀ ਇਹ ਆਪਣਾ ਪੰਜ ਭੌਤਿਕ ਸਰੀਰ ਛੱਡ ਕੇ ਅਤੇ ਸੱਚਖੰਡ ਜਾ ਬਰਾਜੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਐਸੇ ਮਹਾਨ ਹਨ ਸਤਿਗੁਰਾਂ ਦੇ ਵੱਡੇ ਸਪੁੱਤਰ ਜਿਨ੍ਹਾਂ ਨੇ ਆਪਣੇ ਪਿਤਾ ਦਾ ਬਚਨ ਮੰਨਣ ਵਾਸਤੇ ਸਰੀਰ ਤੱਕ ਵੀ ਜਿਹੜਾ ਹੈ ਨਾ ਉਹਦਾ ਮੋਹ ਨਹੀਂ ਕੀਤਾ, ਭਾਵੇਂ ਕਿ ਹਾਲੇ ਜਵਾਨੀ ਦੇ ਵਿੱਚ ਹਨ ਬਾਬਾ ਗੁਰਦਿੱਤਾ ਸਾਹਿਬ ਜੀ, ਹਾਲੇ ਪੁੱਤਰ ਛੋਟੇ ਨੇ, ਪਰ ਪਿਤਾ ਦੇ ਬਚਨ ਨੂੰ ਮੁੱਖ ਰੱਖਿਆ ਵੀ ਜੋ ਪਿਤਾ ਜੀ ਨੇ ਕਿਹਾ ਉਹ ਕਰਨਾ ਹੈ।
ਕਹਿੰਦੇ ਇਸ ਤਰ੍ਹਾਂ ਆਪਣਾ ਤਨ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਗਏ ਹਨ। ਕਵੀ ਸੰਤੋਖ ਸਿੰਘ ਜੀ ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਭਾਈ ਵੀ ਸੱਪ ਜਿਹੜਾ ਜਦੋਂ ਆਪਣੀ ਕੁੰਜ ਲਾਉਂਦਾ ਹੈ ਨਾ, ਤੇ ਕੁੰਜ ਲਾਉਣ ਦੇ ਨਾਲ ਸੱਪ ਨੂੰ ਦੁੱਖ ਕੋਈ ਨਹੀਂ ਹੁੰਦਾ ਹੈ, ਸੋ ਉਹ ਕੁੰਜ ਛੱਡ ਕੇ ਤੇ ਆਪ ਅੱਗੇ ਚਲੇ ਜਾਂਦਾ ਹੈ। ਇਸੇ ਤਰ੍ਹਾਂ ਕਹਿਣ ਲੱਗੇ ਵੀ ਬ੍ਰਹਮ ਗਿਆਨੀ ਮਹਾਂਪੁਰਖ ਨੂੰ ਸਰੀਰ ਛੱਡਣ ਦਾ ਦੁੱਖ ਕੋਈ ਨਹੀਂ ਹੁੰਦਾ। ਸਾਡੇ ਵਰਗੇ ਜਿਹੜੇ ਸੰਸਾਰੀ ਲੋਕ ਨੇ ਨਾ, ਉਹਨਾਂ ਬਾਬਤ ਮਹਾਰਾਜ ਨੇ ਲਿਖਿਆ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਜਿਹੜੇ ਆਮ ਲੋਕਾਂ ਦੀ ਮੌਤ ਹੈ, ਜਿੰਦ ਨਿਕਲਦੀ ਹੈ ਹੱਡੀਆਂ ਤੋੜ ਕੇ ਵਿੱਚੋਂ ਜਮ ਕੱਢ ਕੇ ਲੈ ਕੇ ਜਾਂਦੇ, ਅਤੇ ਬੜਾ ਦਰਦ ਹੈ, ਬੜਾ ਦੁੱਖ ਹੈ ਜਾਨ ਦੇ ਨਿਕਲਣ ਦਾ। ਪਰ ਜਦੋਂ ਬ੍ਰਹਮ ਗਿਆਨੀ ਮਹਾਂਪੁਰਖ ਸਰੀਰ ਛੱਡਦਾ ਤਾਂ ਉਹਦਾ ਸਰੀਰ ਛੱਡਣਾ ਇਸ ਤਰ੍ਹਾਂ ਹੁੰਦਾ ਜਿਵੇਂ ਸੱਪ ਆਪਣੀ ਕੁੰਜ ਆਪੇ ਲਾ ਦਿੰਦਾ, ਕੋਈ ਉਸਨੂੰ ਦਰਦ ਪੀੜ ਨਹੀਂ ਹੈ। ਜਾਂ ਇੱਕ ਫੁੱਲਾਂ ਦੀ ਮਾਲਾ ਜਿਹੜੀ ਹਾਥੀ ਦੇ ਗਲ ਵਿੱਚ ਪਾਈ ਹੈ, ਹਾਥੀ ਆਰਾਮ ਨਾਲ ਉਹ ਮਾਲਾ ਲਾ ਕੇ ਸੁੱਟ ਦਿੰਦਾ, ਰੱਖ ਦਿੰਦਾ, ਉਹਨੂੰ ਦਰਦ ਪੀੜ ਨਹੀਂ ਹੈ। ਕਹਿਣ ਲੱਗੇ ਇਸ ਤਰ੍ਹਾਂ ਜਿਹੜਾ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਮਹਾਂਪੁਰਖ ਹੈ ਨਾ, ਉਹ ਜਦੋਂ ਸਰੀਰ ਤਿਆਗਦਾ, ਉਹਨੂੰ ਸਰੀਰ ਦੇ ਛੁੱਟਣ ਦਾ ਜਾਣ ਦਾ ਕੋਈ ਦਰਦ ਕੋਈ ਦੁੱਖ ਨਹੀਂ ਹੈ। ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਸਾਧੂ ਸਰੀਰ ਛੱਡਦਾ ਤਾਂ ਫਿਰ ਕਾਹਦਾ ਰੋਣਾ, ਉਹ ਤਾਂ ਆਪਣੇ ਘਰ ਚਲਾ ਗਿਆ, ਸੱਚਖੰਡ ਪਹੁੰਚ ਗਿਆ। ਕਹਿੰਦੇ ਇਸ ਤਰ੍ਹਾਂ ਬਾਬਾ ਗੁਰਦਿੱਤਾ ਸਾਹਿਬ ਜੀ ਆਪਣਾ ਇਹ ਸਰੀਰ ਤਿਆਗ ਕੇ ਗਏ ਹਨ। ਕਹਿਣ ਲੱਗੇ ਵੀ ਇਹ ਸੌਖਾ ਹੀ ਸਰੀਰ ਛੱਡ ਕੇ ਅਤੇ ਕਹਿੰਦੇ ਇੱਥੋਂ ਚਲੇ ਗਏ। ਫਿਰ ਜਿਨ੍ਹਾਂ ਨੂੰ ਕਦੀ ਵੀ ਥੋੜ੍ਹਾ ਜਿੰਨਾ ਵੀ ਨਾ ਕੋਈ ਖੁਸ਼ੀ ਪਦਾਰਥ ਦੇ ਆਉਣ ਕਰਕੇ ਔਰ ਨਾ ਕੋਈ ਜਾਣ ਕਰਕੇ ਗਮ ਹੈ, ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ ਵੀ ਜੇ ਪਦਾਰਥ ਆ ਗਿਆ ਉਹਦੇ ਵਾਸਤੇ ਵੀ ਰੱਬ ਨੂੰ ਭੁੱਲਦੇ ਨਹੀਂ, ਪਦਾਰਥ ਚਲਾ ਗਿਆ ਅਤੇ ਰੱਬ ਨੂੰ ਉਲਾਂਭਾ ਕੋਈ ਨਹੀਂ ਹੈ, ਖੁਸ਼ੀ ਅਤੇ ਗਮੀ ਦੇ ਵਿੱਚ ਬਰਾਬਰ ਰਹਿੰਦੇ ਨੇ। ਐਸੀ ਅਵਸਥਾ ਜਿਹੜੀ ਆ ਉਹ ਮਹਾਂਪੁਰਖਾਂ ਦੀ ਹੁੰਦੀ ਹੈ। ਸੋ ਇਹ ਸਰੀਰ ਜਿਹੜਾ ਹੈ ਨਾ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਉਸ ਵੇਲੇ ਜਵਾਨੀ ਦੇ ਵਿੱਚ ਹੈ, ਜਦੋਂ ਸਰੀਰ ਛੱਡਿਆ ਨਾ ਬਾਬਾ ਗੁਰਦਿੱਤਾ ਸਾਹਿਬ ਜੀ ਕੋਈ ਬੁੱਢੇ ਨਹੀਂ ਹੋਏ, ਜਵਾਨ ਅਵਸਥਾ ਵਿੱਚ ਆਪਣਾ ਇਹ ਸਰੀਰ ਤਿਆਗਿਆ ਹੈ। ਕਹਿੰਦੇ ਜਿਸ ਤਰ੍ਹਾਂ ਜੋਗੀ ਤੋਂ ਭਾਵ ਇਹ ਨਹੀਂ ਲੈ ਲੈਣਾ, ਆਹ ਜਿਹੜੇ ਸੱਪ ਵਿਖਾਉਣ ਵਾਲੇ ਦਵਾਈਆਂ ਵੇਚਣ ਵਾਲੇ ਜੋਗੀ, ਇਹ ਨਹੀਂ। ਜੋਗੀ ਤੋਂ ਭਾਵ ਜਿਹੜਾ ਜੁੜਿਆ ਹੋਇਆ ਹੈ, ਜਿਹੜਾ ਐਸਾ ਜੁੜਿਆ ਹੋਇਆ ਜੋਗੀ ਹੈ, ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ, ਗੁਰੂ ਨਾਨਕ ਸਾਹਿਬ ਦਾ ਬਚਨ। ਜਿਹੜੇ ਜੁੜੇ ਨੇ ਨਿਰੰਕਾਰ ਦੇ ਨਾਲ ਉਹਨਾਂ ਨੂੰ ਜੋਗੀ ਕਿਹਾ, ਜੁੜਿਆ ਹੋਇਆ। ਕਹਿੰਦੇ ਭਾਈ ਜਿਸ ਤਰ੍ਹਾਂ ਜੁੜਿਆ ਹੋਇਆ ਰੱਬ ਦਾ ਭਗਤ ਮਾਇਆ ਨੂੰ ਸੌਖਾ ਛੱਡ ਕੇ ਪਰੇ ਹੋ ਜਾਂਦਾ, ਉਪਰਾਮ ਹੋ ਜਾਂਦਾ, ਇਸੇ ਤਰ੍ਹਾਂ ਬਾਬਾ ਗੁਰਦਿੱਤਾ ਸਾਹਿਬ ਜੀ ਆਪਣਾ ਸਰੀਰ ਛੱਡ ਕੇ ਸੰਸਾਰ ਤੋਂ ਕੁਝ ਕਰ ਗਏ ਹਨ। ਜਦੋਂ ਦੇਵਤਿਆਂ ਨੂੰ ਪਤਾ ਲੱਗਾ ਵੀ ਬਾਬਾ ਗੁਰਦਿੱਤਾ ਸਾਹਿਬ ਜੀਆਂ ਨੇ ਸਰੀਰ ਛੱਡਿਆ, ਉਹਨਾਂ ਨੂੰ ਲਿਆਉਣ ਵਾਸਤੇ ਲਿਜਾਣ ਵਾਸਤੇ ਛੇਤੀ ਨਾਲ ਬਿਮਾਨ ਲੈ ਕੇ ਪਹੁੰਚੇ ਹਨ। ਸਾਰੇ ਦੇਵਤੇ ਜਿਹੜੇ ਨੇ ਮੰਗਲ ਕਰਨ ਵਾਸਤੇ, ਖੁਸ਼ੀ ਕਰਨ ਵਾਸਤੇ, ਜੈ ਜੈਕਾਰ ਕਰਨ ਵਾਸਤੇ ਚੱਲ ਕੇ ਆਏ। ਆਪਣੇ ਮੁਖ ਤੋਂ ਜੈ ਹੋਵੇ ਬਾਬਾ ਗੁਰਦਿੱਤਾ ਸਾਹਿਬ ਜੀ, ਜੀਵਨ ਕਮਾ ਕੇ ਚੱਲੇ ਹੋ, ਜੀਵਨ ਨੂੰ ਸਫਲਾ ਕਰਕੇ ਚੱਲੇ, ਜੈ ਜੈਕਾਰ ਕਰਦੇ ਤੇ ਬੁੱਕ ਭਰ ਭਰ ਕੇ ਫੁੱਲਾਂ ਦੇ, ਤੇ ਉਹ ਉੱਪਰ ਜਿਹੜੇ ਹਨ ਉਹ ਫੁੱਲਾਂ ਦੀ ਵਰਖਾ ਕਰਦੇ ਤੇ ਕਹਿਣ ਲੱਗੇ ਇਸੇ ਤਰ੍ਹਾਂ ਜਿਹੜੀਆਂ ਦੇਵ ਬਧੂ ਹਨ ਉਹ ਵੀ ਖੁਸ਼ੀ ਵਿੱਚ ਆ ਕੇ ਨਮਸਕਾਰਾਂ ਕਰਦੀਆਂ ਹਨ ਤੇ ਇਸ ਤਰ੍ਹਾਂ
ਕਹਿ ਲੱਗੇ ਨਿਰਤਕਾਰੀ ਕਰਕੇ ਆਪਣੇ ਆਪ ਦੀ ਖੁਸ਼ੀ ਜਿਹੜੀ ਹੈ ਪ੍ਰਗਟ ਕਰ ਰਹੇ ਇਹ ਦੇਵੀ ਦੇਵਤੇ ਬਾਬਾ ਗੁਰਦਿੱਤਾ ਸਾਹਿਬ ਦੀ ਧੰਨ ਕਮਾਈ ਵੇਖ ਕੇ ਸਾਰੇ ਦੇਵਤੇ ਨਮਸਕਾਰਾਂ ਕਰਦੇ। ਸੋ ਇਸ ਤਰ੍ਹਾਂ ਉਹਨਾਂ ਨੇ ਬੇਨਤੀ ਕੀਤੀ ਦੇਵਤਿਆਂ ਨੇ ਵੀ ਚਲੋ ਬਾਬਾ ਜੀ, ਸੋ ਅਸੀਂ ਤੁਹਾਨੂੰ ਲੈਣ ਵਾਸਤੇ ਆਏ, ਚਲੋ ਸਾਡੇ ਨਾਲ। ਇਸ ਤਰ੍ਹਾਂ ਬੇਨਤੀਆਂ ਕਰਦੇ ਹਨ। ਸੋ ਇਹ ਛੇਵੇਂ ਗੁਰੂ ਪਾਤਸ਼ਾਹ ਦੇ ਪੁੱਤਰ ਨੇ, ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਦੇ ਪੁੱਤਰ ਨੇ। ਧੰਨ ਬਾਬਾ ਗੁਰਦਿੱਤਾ ਸਾਹਿਬ ਜੀ। ਕਹਿਣ ਲੱਗੇ ਫਿਰ ਇਸ ਤਰ੍ਹਾਂ ਅਤੇ ਨਾਲੇ ਗੁਰਮੁਖੋ ਸੱਤਵੇਂ ਗੁਰੂ ਦੇ ਪਿਤਾ ਵੀ ਨੇ। ਬਾਬਾ ਗੁਰਦਿੱਤਾ ਸਾਹਿਬ ਜੀ ਇੱਕ ਇਕੱਲੇ ਇਹੋ ਜਿਹੇ ਗੁਰਸਿੱਖ ਹੋਏ ਨੇ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਨੇ, ਜਿਨ੍ਹਾਂ ਦੇ ਦਾਦਾ ਜੀ ਵੀ ਗੁਰੂ ਨੇ, ਜਿਨ੍ਹਾਂ ਦੇ ਪੜਦਾਦਾ ਜੀ ਵੀ ਗੁਰੂ ਨੇ, ਜਿਨ੍ਹਾਂ ਦਾ ਪੁੱਤਰ ਵੀ ਗੁਰੂ ਹੋਇਆ ਹੈ, ਜਿਨ੍ਹਾਂ ਦਾ ਪੋਤਰਾ ਵੀ ਗੁਰੂ ਹੋਇਆ ਹੈ, ਜਿਨ੍ਹਾਂ ਦਾ ਭਰਾ ਵੀ ਗੁਰੂ ਹੋਇਆ ਹੈ, ਅਤੇ ਜਿਨ੍ਹਾਂ ਦਾ ਭਤੀਜਾ ਵੀ ਗੁਰੂ ਹੋਇਆ ਹੈ। ਇਹ ਇਕੱਲੇ ਬਾਬਾ ਗੁਰਦਿੱਤਾ ਸਾਹਿਬ ਜੀ ਹਨ ਸਿੱਖ ਇਤਿਹਾਸ ਦੇ ਵਿੱਚ ਜਾਂ ਗੁਰੂ ਪਰਿਵਾਰ ਦੇ ਵਿੱਚ ਜਿਨ੍ਹਾਂ ਦੇ ਇੰਨੇ ਗੁਰੂਆਂ ਦੇ ਨਾਲ ਸੰਬੰਧ ਸਨ। ਸੋ ਪਿਤਾ ਹਨ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਨੇ, ਦਾਦਾ ਹਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਉਹ ਵੀ ਗੁਰੂ ਨੇ, ਪੜਦਾਦਾ ਹਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਹ ਵੀ ਗੁਰੂ ਨੇ, ਅਤੇ ਪੁੱਤਰ ਹਨ ਗੁਰੂ ਹਰਿ ਰਾਏ ਸਾਹਿਬ ਜੀ ਉਹ ਵੀ ਗੁਰੂ ਨੇ, ਪੋਤਰੇ ਹਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਉਹ ਵੀ ਗੁਰੂ ਨੇ, ਭਰਾ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਵੀ ਗੁਰੂ ਨੇ, ਅਤੇ ਭਤੀਜੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਵੀ ਗੁਰੂ ਨੇ। ਇੱਕ ਇਕੱਲੇ ਬਾਬਾ ਗੁਰਦਿੱਤਾ ਸਾਹਿਬ ਜੀ ਐਸੇ ਮਹਾਨ ਵਿਅਕਤੀ ਨੇ, ਮਹਾਂਪੁਰਖ ਨੇ, ਜਿਨ੍ਹਾਂ ਦੇ ਇੰਨੇ ਗੁਰੂ ਸਾਹਿਬਾਂ ਦੇ ਨਾਲ ਸੰਬੰਧ ਨੇ, ਰਿਸ਼ਤੇਦਾਰੀ ਹੈ। ਕਹਿੰਦੇ ਐਸੇ ਮਹਾਨ ਜੀਵਨ ਵਾਲੇ ਇਹ ਮਹਾਂਪੁਰਖਾਂ ਨੇ ਸਰੀਰ ਛੱਡਿਆ ਹੈ। ਇਸ ਤਰ੍ਹਾਂ ਦੇਵਤੇ ਜਿਹੜੇ ਨਾ, ਧੰਨ ਹੋ ਬਾਬਾ ਜੀ, ਧੰਨ ਹੈ ਤੁਹਾਡੀ ਕਮਾਈ, ਤੇ ਕਹਿ ਕੇ ਲੈ ਕੇ ਗਏ ਹਨ। ਨਾਲੇ ਆਰਤੀ ਕਰਦੇ, ਨਾਲੇ ਦਰਸ਼ਨ ਕਰਦੇ ਹਨ। ਬਾਬਾ ਗੁਰਦਿੱਤਾ ਜੀ ਅੱਗੇ ਅੱਗੇ ਸੱਚਖੰਡ ਨੂੰ ਜਾ ਰਿਹਾ, ਦੇਵਤੇ ਮਗਰ ਜੈ ਜੈਕਾਰ ਕਰਦੇ ਪਹੁੰਚੇ, ਅਤੇ ਕਹਿਣ ਲੱਗੇ ਬਾਬਾ ਜੀਆਂ ਦਾ ਜਿਹੜਾ ਵਿਮਾਨ ਹੈ ਨਾ, ਕਹਿੰਦੇ ਸੂਰਜ ਦੇ ਵਾਂਗ ਚਮਕਦਾ ਜਾਂਦਾ ਹੈ। ਕਹਿਣ ਲੱਗੇ ਜਿਵੇਂ ਸੂਰਜ ਚਮਕਦਾ, ਇਸ ਤਰ੍ਹਾਂ ਤੇਜ ਪ੍ਰਤਾਪ ਦੇ ਸਮੇਤ ਬਾਬਾ ਗੁਰਦਿੱਤਾ ਸਾਹਿਬ ਜੀ ਜਾ ਰਹੇ। ਸੋ ਕਹਿਣ ਲੱਗੇ ਵੀ ਇਸੇ ਤਰ੍ਹਾਂ ਗੀਰਬਾਣ ਤੋਂ ਭਾਵ ਇਹ ਹੈ ਵੀ ਜਿਹੜੇ ਦੇਵਤੇ ਨੇ, ਜਿਵੇਂ ਸੂਰਜ ਚਮਕਦਾ ਅਤੇ ਤਾਰਿਆਂ ਦਾ ਪ੍ਰਕਾਸ਼ ਘੱਟ ਜਾਂਦਾ ਹੈ, ਬਾਬਾ ਗੁਰਦਿੱਤਾ ਸਾਹਿਬ ਦੀ ਕਮਾਈ ਦੇ ਅੱਗੇ ਦੇਵਤਿਆਂ ਦਾ ਕੋਈ ਬਹੁਤਾ ਪ੍ਰਕਾਸ਼ ਨਹੀਂ, ਪਰ ਫਿਰ ਵੀ ਉਹਨਾਂ ਦਾ ਸੇਵਾ ਕਰਨਾ ਫਰਜ਼ ਬਣਦਾ ਹੈ। ਜਿਵੇਂ ਕੋਈ ਦੇਸ਼ ਦਾ ਰਾਜਾ ਆਵੇ ਅਤੇ ਨਿੱਕੇ ਮੋਟੇ ਮੰਤਰੀ ਜਿਹੜੇ ਨੇ ਉਹ ਸੇਵਾ ਵਿੱਚ ਲੱਗ ਜਾਂਦੇ ਨੇ, ਬਾਬਾ ਗੁਰਦਿੱਤਾ ਸਾਹਿਬ ਦੀ ਬ੍ਰਹਮ ਗਿਆਨ ਦੀ ਅਵਸਥਾ ਦੇ ਮਾਲਕ ਇਹ ਦੇਵਤੇ ਸੇਵਾ ਵਿੱਚ ਹਨ। ਸੋ ਜਿੱਥੇ ਜਿੱਥੇ ਜਿੱਥੋਂ ਜਿੱਥੋਂ ਤੱਕ ਸ਼ਕਤੀ ਹੈ ਦੇਵਤਿਆਂ ਦੀ ਜਾਣ ਦੀ, ਵਿਚਰਨ ਦੀ ਆਕਾਸ਼ ਦੇ ਵਿੱਚ, ਉੱਥੋਂ ਉੱਥੋਂ ਤੱਕ ਆਪਣੀ ਸ਼ਕਤੀ ਦੇ ਨਾਲ ਗਏ ਹਨ। ਸਾਰਿਆਂ ਨੇ ਆਪੋ ਆਪਣੀ ਸੇਵਾ ਸਮਝ ਕੇ ਬਾਬਾ ਜੀ ਦੇ ਬਿਮਾਰ ਨੂੰ ਉੱਥੋਂ ਤੱਕ ਪਹੁੰਚਾਇਆ, ਫਿਰ ਆਪੋ ਆਪਣੀਆਂ ਜਗ੍ਹਾ ਤੇ ਵਾਪਸ ਆਉਣ ਵਾਸਤੇ ਦੇਵਤੇ ਮੱਥਾ ਟੇਕ ਕੇ ਵਾਪਸ ਮੁੜੇ। ਬਾਬਾ ਗੁਰਦਿੱਤਾ ਸਾਹਿਬ ਜੀ ਵਿਮਾਨ ਤੇ ਸਵਾਰ ਹੋਏ ਅੱਗੇ ਸੱਚਖੰਡ ਨੂੰ ਜਾ ਰਹੇ। ਇਸ ਤਰ੍ਹਾਂ ਜਿਹੜੀਆਂ ਦੇਵਪੁਰੀਆਂ ਰਸਤੇ ਵਿੱਚ ਆਈਆਂ, ਜਿਵੇਂ ਸਵਰਗ ਹੈ, ਜਿਵੇਂ ਬ੍ਰਹਮ ਲੋਕ ਹੈ, ਇਸੇ ਤਰ੍ਹਾਂ ਜਿਵੇਂ ਵੈਕੁੰਠ ਧਾਮ ਹੈ,
ਇਹਨਾਂ ਸਾਰਿਆਂ ਨੂੰ ਵੇਖਦੇ ਹੋਏ ਬਾਬਾ ਗੁਰਦਿੱਤਾ ਜੀ ਜਾ ਰਹੇ, ਬੜਾ ਆਨੰਦ ਹਿਰਦੇ ਵਿੱਚ ਉਹਨਾਂ ਦੇ ਸਮਾਇਆ ਹੋਇਆ ਹੈ। ਤੇ ਫਿਰ ਜਿੱਥੇ ਆਪਾਂ ਬਚਨ ਕਰਦੇ ਹਾਂ ਨਾ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਵਾਲਾ ਬਚਨ, ਫਿਰ ਬਾਬਾ ਸਾਹਿਬ ਜੀ ਉੱਥੇ ਪਹੁੰਚ ਗਏ ਤੇ ਉੱਥੇ ਜਾ ਕੇ ਜਿਹੜੀਆਂ ਦੇਵ ਰੂਹਾਂ ਮਹਾਂਪੁਰਖ ਬੈਠੇ ਹੋਏ ਕਮਾਈ ਭਗਤੀ ਵਾਲੇ ਉਹਨਾਂ ਨੂੰ ਜਾ ਕੇ ਨਮਸਕਾਰਾਂ ਹੋਈਆਂ। ਅਚੁੱਤ ਪਦਵੀ ਜਿਹੜੀ ਕਿਸੇ ਨੂੰ ਪ੍ਰਾਪਤ ਨਹੀਂ ਹੈ, ਜਿਹੜੀ ਪਦਵੀ ਕਦੇ ਨਾਸ ਨਹੀਂ ਹੁੰਦੀ, ਜਿਹੜੀ ਪਦਵੀ ਕਦੇ ਹਿਲਦੀ ਨਹੀਂ ਹੈ, ਡੁਲਾਏਮਾਨ ਨਹੀਂ ਹੈ, ਉਸ ਪਦਵੀ ਦੇ ਉੱਪਰ ਬਾਬਾ ਗੁਰਦਿੱਤਾ ਸਾਹਿਬ ਜੀ ਪਹੁੰਚੇ ਹਨ। ਜਿਨ੍ਹਾਂ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਨਾਮ ਲੈ ਕੇ ਤੇ ਪਾਪ ਦੂਰ ਹੋ ਜਾਂਦੇ। ਧੰਨ ਬਾਬਾ ਗੁਰਦਿੱਤਾ, ਜੋ ਵਾਰ ਮੰਗਿਆ ਸੋਈ ਦਿੱਤਾ, ਦੀਨ ਦੁਨੀ ਦਾ ਟਿੱਕਾ। ਇਹ ਜਿਹੜੇ ਬਚਨ ਨੇ ਨਾ, ਇਹ ਬਾਬਾ ਗੁਰਦਿੱਤਾ ਜੀ ਦੇ ਜੀਵਨ ਦੀ ਕਮਾਈ ਦੇ ਵਿੱਚੋਂ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਬੇਅੰਤ ਵਰ ਬਖਸ਼ਿਸ਼ ਕੀਤੇ, ਜਿਹੜੇ ਆਪਾਂ ਸਰਵਣ ਵੀ ਕਰਾਂਗੇ। ਇਸ ਤਰ੍ਹਾਂ ਕਹਿੰਦੇ ਸਰੀਰ ਛੱਡ ਕੇ ਗਏ ਹਨ। ਸੋ ਗੁਰਮੁਖੋ, ਇਹ ਤੇ ਕਹਿੰਦੇ ਵੀ ਬਾਬਾ ਜੀ ਦੇ ਜਾਣ ਦੀ ਗੱਲ ਸੁਣਾਈ ਹੈ, ਹੁਣ ਕੀਰਤਪੁਰ ਦੇ ਵਿੱਚ ਮਗਰੋਂ ਕੀ ਹੋਇਆ ਉਹ ਤੁਹਾਨੂੰ ਸਰਵਣ ਕਰਵਾਈਏ। ਕਹਿਣ ਲੱਗੇ ਇੱਕ ਦਾਸ ਇੱਕ ਸੇਵਾਦਾਰ, ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਕੋਲ ਕੁਝ ਸੇਵਾਦਾਰ ਹਮੇਸ਼ਾ ਸੇਵਾ ਵਿੱਚ ਰਹਿੰਦੇ ਹਨ। ਉਹ ਸਾਰੇ ਲੱਭਣ ਲੱਗ ਪਏ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਦਿਸਦੇ ਨਹੀਂ ਪਏ, ਅੱਜ ਕਦੇ ਕਮਰੇ ਮਹਿਲਾਂ ਦੇ ਅੰਦਰ ਜਾਂਦੇ, ਕਦੇ ਬਾਹਰ, ਕਦੇ ਇੱਧਰ ਕਦੇ ਉੱਧਰ, ਲੱਭਣ ਲੱਗ ਪਏ ਵੀ ਬਾਬਾ ਗੁਰਦਿੱਤਾ ਸਾਹਿਬ ਦੀ ਨਜ਼ਰ ਕਿਉਂ ਨਹੀਂ ਆਉਂਦੇ ਹਨ। ਬੜੀਆਂ ਥਾਵਾਂ 'ਤੇ ਵੇਖਿਆ, ਲੱਭਿਆ, ਪਰ ਬਾਬਾ ਗੁਰਦਿੱਤਾ ਸਾਹਿਬ ਜੀ ਕਿਤੇ ਲੱਭੇ ਨਹੀਂ। ਉਹ ਸੇਵਾਦਾਰ ਪੁੱਛਦੇ, ਜਿਹੜਾ ਕੋਈ ਆਉਂਦਾ ਉਹਨੂੰ ਪੁੱਛਦੇ, ਜਾਂਦੇ ਨੂੰ ਪੁੱਛਦੇ, ਭਾਈ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਵੇਖਿਆ ਕਿਤੇ ਜਾਂਦੇ ਹੋਏ ਆਉਂਦੇ ਹੋਏ ਤੇ ਦੱਸਣਾ ਕਰੋ। ਸੋ ਜੇ ਕਿਸੇ ਨੇ ਵੇਖਿਆ ਨਾ, ਜਿਹੜੇ ਰਸਤੇ ਵਿੱਚ ਮਿਲੇ, ਆਪਾਂ ਕੱਲ੍ਹ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਵੀ ਕੁਝ ਸੇਵਕ ਮਿਲਦੇ ਤੇ ਨਮਸਕਾਰਾਂ ਕਰਦੇ, ਪਰ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਉੱਧਰ ਧਿਆਨ ਨਹੀਂ ਸੀ, ਪਰ ਉਹਨਾਂ ਦਾ ਧਿਆਨ ਤੇ ਸੀ ਨਾ ਵੀ ਇਹ ਇੱਧਰ ਨੂੰ ਜਾ ਰਹੇ ਨੇ। ਜਿਨ੍ਹਾਂ ਨੇ ਜਾਂਦੇ ਵੇਖਿਆ ਉਹਨਾਂ ਨੇ ਦੱਸਿਆ ਵੀ ਮੈਂ ਉੱਥੇ ਜਾਂਦੇ ਵੇਖਿਆ, ਦੂਜੇ ਨੇ ਆਖਿਆ ਮੈਂ ਉੱਥੇ ਜਾਂਦੇ ਵੇਖਿਆ, ਉਹ ਥੋੜ੍ਹਾ ਬਹੁਤਾ ਟਿਕਾਣੇ ਦਾ ਕੋਈ ਅੰਦਾਜ਼ਾ ਪਤਾ ਲੱਗਾ ਹੈ। ਦੱਸਿਆ ਕਿਸੇ ਨੇ ਵੀ ਪਿੰਡੋਂ ਬਾਹਰ ਨਿਕਲ ਕੇ ਆਹ ਜਿਹੜਾ ਪਹਾੜੀ ਹੈ ਨਾ ਟਿੱਬਾ, ਇੱਧਰ ਨੂੰ ਗਏ ਨੇ ਜਦੋਂ ਪਤਾ ਲੱਗਾ ਹੈ। ਨਾਲ ਇਹ ਵੀ ਦੱਸਿਆ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਇਕੱਲੇ ਹੀ ਸਨ, ਉਹਨਾਂ ਨਾਲ ਕੋਈ ਨਹੀਂ, ਇਕੱਲੇ ਹੀ ਗਏ ਨੇ, ਇਹ ਵੀ ਦੱਸਣ ਵਾਲੇ ਦੱਸਦੇ ਹਨ। ਉਸ ਵੇਲੇ ਦਾਸਾਂ ਨੇ ਜਦੋਂ ਸੁਣਿਆ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਇੱਧਰ ਨੂੰ ਗਏ, ਉਹ ਸੇਵਾਦਾਰ ਛੇਤੀ ਦੌੜ ਕੇ ਉਸ ਜਗ੍ਹਾ ਨੂੰ ਉਸ ਦਿਸ਼ਾ ਦੇ ਵੱਲ ਗਏ ਵੀ ਚਲੋ ਵੇਖ ਕੇ ਆਉਂਦੇ ਹਾਂ। ਤੇ ਉਹ ਮਨ ਵਿੱਚ ਦਾਸ ਤੇ ਸੋਚਦੇ ਨੇ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਹੋ ਸਕਦਾ ਕਿਤੇ ਬੈਠੇ ਹੋਣਗੇ ਤੇ ਉਹ ਸਾਨੂੰ ਉਡੀਕਦੇ ਹੋਣਗੇ ਵੀ ਸੇਵਾਦਾਰ ਆਉਣਗੇ ਤੇ ਫਿਰ ਚੱਲਾਂਗੇ, ਚਲੋ ਅਸੀਂ ਛੇਤੀ ਨਾਲ ਦੌੜ ਕੇ ਉਹਨਾਂ ਦੇ ਕੋਲ ਪਹੁੰਚੀਏ। ਸੋ ਜਿੱਧਰ ਨੂੰ ਗਏ ਦਾਸ ਸੇਵਕ ਪੁੱਛਦੇ ਹੋਏ ਕਹਿੰਦੇ ਉੱਧਰ ਨੂੰ ਜਾ ਰਹੇ, ਜਿਸ ਥਾਂ ਤੇ ਬਾਬਾ ਗੁਰਦਿੱਤਾ ਸਾਹਿਬ ਜੀਆਂ ਨੇ ਸਰੀਰ ਛੱਡਿਆ ਨਾ। ਕਹਿੰਦੇ ਵੀ ਇਹ ਸਾਰੇ ਸੇਵਾਦਾਰ ਪੁੱਛਦਿਆਂ ਪੁੱਛਦਿਆਂ ਗੁਰਮੁਖੋ ਉਸ ਟਿੱਬੇ ਤੇ ਜਾ ਪਹੁੰਚੇ ਜਿੱਥੇ ਅੱਜ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਉਹ ਸਥਾਨ ਬਣਿਆ ਨਾ, ਉਹ ਨਿੰਮ ਵਾਲਾ ਗੁਰੂ ਘਰ ਬਣਿਆ। ਕਹਿੰਦੇ ਉਸ ਟਿੱਬੇ ਦੇ ਉੱਪਰ ਸੇਵਾਦਾਰ ਪਹੁੰਚੇ ਹਨ। ਜਦੋਂ ਜਾ ਕੇ ਵੇਖਿਆ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਲੰਮੇ ਪਏ ਹੋਏ ਧਰਤੀ ਦੇ ਉੱਪਰ ਚਾਦਰਾ ਲੈ ਕੇ। ਕਹਿੰਦੇ ਫਿਰ ਉਸ ਵੇਲੇ ਸੇਵਕ ਸੋਚਣ ਲੱਗ ਪਏ, ਕਹਿੰਦੇ ਵੀ ਇਹ ਕੀ ਹੋਇਆ ਅੱਜ ਇਹਨਾਂ ਨੂੰ ਥੱਲੇ ਧਰਤੀ 'ਤੇ ਲੰਮੇ ਪੈ ਗਏ, ਅੱਗੇ ਤੇ ਪਲੰਘੇ 'ਤੇ ਲੰਮੇ ਪੈਂਦੇ ਨੇ, ਸਾਨੂੰ ਦੱਸਦੇ ਜੇ ਨੀਂਦ ਆਈ ਹੈ ਜਾਂ ਸਰੀਰ ਥੱਕਿਆ ਤੇ ਅਸੀਂ ਮੰਜੇ ਦਾ ਇੰਤਜ਼ਾਮ ਕਰ ਦਿੰਦੇ, ਅੱਜ ਕੀ ਹੋਇਆ ਇਹ ਲੰਮੇ ਕਿਉਂ ਪਏ ਨੇ।
ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਰੀਰ ਛੱਡ ਗਏ ਨੇ, ਸੋਚਿਆ ਵੀ ਲੰਮੇ ਪਏ, ਪਰ ਸੋਚਦੇ ਨੇ ਵੀ ਕਿਉਂ ਪਏ ਨੇ, ਕਾਰਨ ਕੀ ਹੈ ਧਰਤੀ 'ਤੇ ਲੰਮੇ ਪੈਣ ਦਾ, ਇਸ ਤਰ੍ਹਾਂ ਵਿਚਾਰਦੇ ਹਨ। ਆਪਣੇ ਘਰ ਕਿੰਨੇ ਸੋਹਣੇ ਪਲੰਘੇ ਨੇ, ਕਿੰਨਾ ਸੋਹਣਾ ਘਰ ਬਣਿਆ, ਜੇ ਆਰਾਮ ਕਰਨਾ ਤੇ ਘਰੇ ਕਰ ਲੈਂਦੇ, ਪਲੰਘੇ ਤੇ ਕਰ ਲੈਂਦੇ, ਅੱਜ ਥੱਲੇ ਪੈ ਗਏ ਹਨ। ਨਾ ਹੀ ਸਾਨੂੰ ਨਾਲ ਲੈ ਕੇ ਆਏ, ਜੇ ਸਾਨੂੰ ਕਿਸੇ ਨੂੰ ਨਾਲ ਲੈ ਆਉਂਦੇ, ਚਲੋ ਅਸੀਂ ਨਾਲ ਕੋਈ ਸੇਵਾ ਆ ਕੇ ਕਰ ਲੈਂਦੇ। ਇਸ ਤਰ੍ਹਾਂ ਜਿਹੜੇ ਦਾਸ ਨੇ ਨਾ, ਉਹ ਸੋਚਦੇ ਸੋਚਦੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਤੇ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਜਿੱਥੇ ਸਰੀਰ ਪਿਆ ਹੋਇਆ ਉੱਥੇ ਨੇੜੇ ਪਹੁੰਚ ਗਏ ਹਨ। ਜਦੋਂ ਚਾਦਰਾ ਲਾਇਆ ਨਾ ਮੁੱਖ ਤੋਂ ਤੇ ਵੇਖਣ ਲੱਗੇ, ਪਹਿਲਾਂ ਤੇ ਆਵਾਜ਼ ਦਿੱਤੀ, ਜਦੋਂ ਆਵਾਜ਼ ਦੇ ਅੱਗੋਂ ਆਵਾਜ਼ ਨਹੀਂ ਆਈ ਤੇ ਫਿਰ ਚਾਦਰਾ ਲਾ ਕੇ ਜਦੋਂ ਵੇਖਿਆ ਤੇ ਉਸ ਵੇਲੇ ਇਹ ਜਾਣ ਲਿਆ ਵੀ ਇਹਨਾਂ ਨੂੰ ਤੇ ਸਵਾਸ ਹੀ ਨਹੀਂ ਆ ਰਿਹਾ, ਸਾਹ ਹੀ ਨਹੀਂ ਆ ਰਿਹਾ, ਭਾਵ ਇਹ ਆ ਵੀ ਇਹਨਾਂ ਦੇ ਸਾਹ ਜਿਹੜੇ ਨੇ ਉਹ ਸੰਪੂਰਨ ਹੋ ਗਏ ਨੇ, ਇਹ ਦੇਹ ਤਿਆਗ ਗਏ। ਫਿਰ ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗਾ ਵੀ ਸਵਾਸ ਜਿਹੜੇ ਨੇ ਉਹ ਚੱਲ ਨਹੀਂ ਰਹੇ ਹਨ। ਕਹਿਣ ਲੱਗੇ ਵੀ ਹੈਰਾਨ ਹੋ ਗਏ ਸੇਵਾਦਾਰ ਵੀ ਇਹ ਕੀ ਬਣਿਆ ਹੈ। ਫਿਰ ਹੱਥ ਲਾ ਕੇ ਟੋਕੇ ਵੇਖਿਆ, ਸਰੀਰ ਦੀ ਨਬਜ਼ ਨੂੰ ਪਕੜਿਆ ਹੋਵੇਗਾ ਜਾਂ ਜਿਹੜੇ ਸਿਆਣੇ ਨੇ ਉਹ ਪਰਖਣ ਵਾਸਤੇ ਵੀ ਇਹ ਕਿਤੇ ਭਾਣਾ ਤੇ ਨਹੀਂ ਵਰਤਾ ਗਿਆ ਕੋਈ, ਕਹਿੰਦੇ ਇਸ ਤਰ੍ਹਾਂ ਫਿਰ ਪਰਖਦੇ ਹਨ। ਤੇ ਕਿਸੇ ਨੇ ਚਰਨ ਫੜ ਲਿਆ, ਕੋਈ ਚਰਨਾਂ ਤੋਂ ਫੜ ਕੇ ਹਿਲਾਉਣ ਲੱਗ ਪਿਆ, ਕੋਈ ਚਰਨਾਂ ਨੂੰ ਮਲ ਲੱਗ ਪਿਆ ਵੀ ਜੇ ਸੁੱਤੇ ਹੋਣਗੇ ਤੇ ਉੱਠ ਪੈਣਗੇ, ਕਹਿੰਦੇ ਇਸ ਤਰ੍ਹਾਂ ਸੇਵਾਦਾਰ ਸੇਵਾ ਵਿੱਚ ਲੱਗ ਗਏ। ਪਰ ਫਿਰ ਇਹਨਾਂ ਨੂੰ ਪੱਕਾ ਪਤਾ ਲੱਗ ਗਿਆ ਵੀ ਨਹੀਂ, ਇਹ ਤੇ ਸਰੀਰ ਛੱਡ ਗਏ ਨੇ, ਇਹ ਇਸ ਦੁਨੀਆਂ ਵਿੱਚ ਨਹੀਂ, ਇਹ ਸਰੀਰ ਛੱਡ ਕੇ ਸੰਸਾਰ ਤੋਂ ਕੂਚ ਕਰ ਗਏ। ਇਹ ਇਹਨਾਂ ਨੂੰ ਪੱਕਾ ਜਿਹੜਾ ਹੈ ਨਾ ਉਹ ਗੱਲ ਬਣ ਗਈ, ਪਤਾ ਲੱਗ ਗਿਆ ਵੀ ਇਹ ਹੁਣ ਸਰੀਰ ਛੱਡ ਗਿਆ ਹਨ। ਉਸ ਵੇਲੇ ਕੁਝ ਸੇਵਾਦਾਰ ਤੇ ਉੱਥੇ ਰਹਿ ਪਏ ਕੋਲ, ਤੇ ਕੁਝ ਸੇਵਾਦਾਰ ਦੌੜੇ ਉੱਥੋਂ ਛੇਤੀ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੱਸਣ ਵਾਸਤੇ ਵੀ ਮਹਾਰਾਜ ਇਹ ਭਾਣਾ ਵਾਪਰਿਆ, ਸੇਵਾਦਾਰ ਦੌੜ ਕੇ ਪਹੁੰਚਿਆ ਹੈ। ਜਦੋਂ ਸਤਿਗੁਰੂ ਬੈਠੇ ਤੇ ਕਹਿਣ ਲੱਗੇ ਇੱਕ ਸੇਵਾਦਾਰ ਦੌੜਿਆ ਦੌੜਿਆ ਰੋਂਦਾ ਹੋਇਆ ਆਇਆ ਹੈ, ਉਹਦੇ ਨੇਤਰਾਂ ਦੇ ਵਿੱਚੋਂ ਜਲ ਵਗਦਾ ਪਿਆ, ਹੰਝੂ ਵਗਦੇ ਪਏ, ਜਿਹੜਾ ਸੇਵਾਦਾਰ ਇਹ ਸੁਨੇਹਾ ਲੈ ਕੇ ਆਇਆ ਹੈ। ਉਸ ਵੇਲੇ ਸਤਿਗੁਰਾਂ ਨੇ ਵੇਖਿਆ ਵੀ ਇਹ ਸੇਵਾਦਾਰ ਦਾ ਚਿਹਰਾ ਬੜਾ ਕਮਲਾਇਆ ਹੋਇਆ ਤੇ ਹੰਝੂ ਨੇਤਰਾਂ ਵਿੱਚੋਂ ਵਗਦੇ ਪਏ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਕੀ ਹੋਇਆ, ਕਿਉਂ ਇੰਨਾ ਉਦਾਸ ਹੈ, ਤੇਰੀ ਹਾਲਤ ਕਿਉਂ ਐਸੀ ਹੈ? ਭਾਵੇਂ ਕਿ ਮਹਾਰਾਜ ਜਾਣਦੇ ਪਰ ਪਾਤਸ਼ਾਹ ਜਨਾਉਂਦੇ ਨਹੀਂ ਨਾ ਆਪਣਾ ਆਪ। ਸਤਿਗੁਰੂ ਪੁੱਛਦੇ ਪਏ, ਕਹਿੰਦੇ ਕੀ ਹੋਇਆ, ਕਿਉਂ ਇੰਨਾ ਸਰੀਰ ਉਦਾਸ ਹੈ, ਸੋ ਕਿਉਂ ਤੂੰ ਰੋਂਦਾ ਪਿਆ ਔਰ ਕਿਉਂ ਤੇਰੀ ਐਸੀ ਹਾਲਤ ਹੈ, ਸੇਵਾਦਾਰ ਨੂੰ ਪੁੱਛਿਆ ਹੈ। ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤੇ ਉਹ ਜਿਹੜਾ ਸੇਵਾਦਾਰ ਹੈ ਨਾ ਸੁਨੇਹਾ ਲੈ ਕੇ ਆਇਆ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਰੀਰ ਛੱਡ ਜਾਣ ਦਾ, ਉਸ ਵੇਲੇ ਫਿਰ ਹੱਥ ਜੋੜ ਕੇ ਕਹਿਣ ਲੱਗਾ ਹੈ, ਮਹਾਰਾਜ ਜੀ ਆਪ ਜੀਆਂ ਦਾ ਵੱਡਾ ਪੁੱਤਰ ਧੰਨ ਬਾਬਾ ਗੁਰਦਿੱਤਾ ਜੀ, ਜਿਹੜੇ ਬਹੁਤ ਜ਼ਿਆਦਾ ਗੁਣਾਂ ਦੇ ਮਾਲਕ ਨੇ, ਜਿਹੜੇ ਬੜੇ ਸ੍ਰੇਸ਼ਟ ਸੁਭਾਅ ਵਾਲੇ ਹਨ, ਮਹਾਰਾਜ ਉੱਚੇ ਥਾਂ 'ਤੇ ਇਸ ਪਾਸੇ ਨੂੰ ਉਹ ਜਿਹੜਾ ਉੱਚਾ ਟਿੱਬਾ ਹੈ ਨਾ ਜਿੱਥੇ ਆਪਾਂ ਅੱਜ ਦਰਸ਼ਨ ਕਰਦੇ, ਉੱਧਰ ਨੂੰ ਸੇਵਾਦਾਰ ਨੇ ਇਸ਼ਾਰਾ ਕੀਤਾ ਵੀ ਇਸ ਟਿੱਬੇ ਵੱਲ ਨੂੰ ਉਹ ਕੁਸਾ ਥੱਲੇ ਵਿਛਾ ਕੇ ਆਸਣ ਲਾ ਕੇ ਫਿਰ ਅਤੇ ਉਹ ਪੌਡੇ ਹੋਏ ਨੇ, ਲੰਮੇ ਪਏ ਹੋਏ ਪਰ ਉਹਨਾਂ ਦੇ ਸਰੀਰ ਵਿੱਚ ਪ੍ਰਾਣ ਨਹੀਂ, ਜਾਨ ਉਹਨਾਂ ਦੇ ਸਰੀਰ ਵਿੱਚ ਨਹੀਂ ਹੈ, ਸਵਾਸ ਨਹੀਂ ਚੱਲਦੇ ਪਏ, ਅਤੇ ਉਹ ਉੱਤੇ ਟਿੱਬੇ ਦੇ
ਸੋ ਡਿੱਬ ਵਗੈਰਾ ਵਿਛਾ ਕੇ ਅਤੇ ਉਹਦੇ ਉੱਪਰ ਲੰਮੇ ਪਏ ਹਨ। ਅੰਤਰਜਾਮੀ ਸਤਿਗੁਰਾਂ ਨੇ ਜਦੋਂ ਸੁਣਿਆ ਨਾ ਬਚਨ ਸੇਵਾਦਾਰ ਦੇ ਕੋਲੋਂ, ਅਤੇ ਸਤਿਗੁਰੂ ਪਾਤਸ਼ਾਹ ਸੇਵਕਾਂ ਨੂੰ ਪਿਆਰ ਕਰਨ ਵਾਲੇ ਛੇਤੀ ਦੇ ਨਾਲ ਉੱਠੇ ਮਹਾਰਾਜ ਸਾਹਿਬ ਜੀ ਉਸ ਵੇਲੇ ਬਚਨ ਸੁਣ ਕੇ। ਮਹਾਰਾਜ ਕਹਿੰਦੇ ਚਲੋ ਭਾਈ ਵਿਖਾਓ ਸਾਨੂੰ ਉਹ ਕਿਹੜੀ ਜਗ੍ਹਾ ਹੈ ਜਿੱਥੇ ਸਾਡੇ ਪੁੱਤਰ ਨੇ ਆਪਣਾ ਸਰੀਰ ਤਿਆਗਿਆ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਚੱਲ ਪਏ, ਆਪ ਉਹ ਸੇਵਾਦਾਰ ਨਾਲ ਨਾਲ ਮਹਾਰਾਜ ਦੇ ਦੱਸਦਾ ਹੋਇਆ, ਮਹਾਰਾਜ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ, ਪਾਤਸ਼ਾਹ ਜੀ ਉਸ ਟਿੱਬੇ ਵੱਲ ਨੂੰ ਚੱਲੇ ਹਨ। ਇੱਧਰੋਂ ਇੱਕ ਸੇਵਾਦਾਰ ਨੇ ਭੱਜ ਕੇ ਜਾ ਕੇ ਮਹਾਰਾਜ ਦੇ ਘਰ ਦੇ ਵਿੱਚ ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ, ਹੋਰ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਵੀ ਖਬਰ ਦਿੱਤੀ ਹੈ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਸਰੀਰ ਛੱਡ ਗਏ ਹਨ। ਅਤੇ ਬੀਬੀਆਂ ਜਿਹੜੀਆਂ ਸਨ ਥੋੜ੍ਹਾ ਮਨ ਭਰ ਆਇਆ ਉਸ ਵੇਲੇ ਜਦੋਂ ਇਹ ਖਬਰ ਸੁਣੀ ਆ ਵੀ ਵੱਡਾ ਪਿਆਰਾ ਪੁੱਤਰ ਸਰੀਰ ਛੱਡ ਗਿਆ, ਕਹਿਣ ਲੱਗੇ ਕੁਝ ਵਿਰਲਾਪ ਕੀਤਾ ਹੈ। ਇਸ ਤਰ੍ਹਾਂ ਕੀਰਤਪੁਰ ਸਾਹਿਬ ਦੇ ਵਿੱਚ ਰੌਲਾ ਪੈ ਗਿਆ। ਗੁਰਮੁਖੋ ਕੀਰਤਪੁਰ ਸਾਹਿਬ ਨੂੰ ਵਸਾਉਣ ਵਾਲੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ, ਇਹ ਉਹਨਾਂ ਨੇ ਇਹ ਜਿਹੜਾ ਸ਼ਹਿਰ ਹੈ ਨਾ ਕੀਰਤਪੁਰ ਵਸਾਇਆ। ਅੱਜ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਅਸੀਂ ਉਹਦੇ ਫੁੱਲ ਕੀਰਤਪੁਰ ਸਾਹਿਬ ਆਮ ਹੀ ਜਾ ਕੇ ਪਾ ਕੇ ਆਉਂਦੇ, ਔਰ ਸਾਰਿਆਂ ਤੋਂ ਪਹਿਲਾਂ ਜਿਹੜੇ ਫੁੱਲ ਨੇ ਉਹ ਬਾਬਾ ਗੁਰਦਿੱਤਾ ਸਾਹਿਬ ਜੀਆਂ ਦੇ ਹੀ ਪਾਏ ਗਏ ਉਸ ਜਗ੍ਹਾ ਦੇ ਉੱਪਰ। ਉਸ ਤੋਂ ਮਗਰੋਂ ਇਹ ਪਰੰਪਰਾ ਚੱਲ ਪਈ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦਾ ਬਾਅਦ ਵਿੱਚ ਉੱਥੇ ਸੰਸਕਾਰ ਹੋਇਆ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਰੀਰ ਬਾਅਦ ਵਿੱਚ ਛੱਡਿਆ ਹੈ, ਬਾਬਾ ਗੁਰਦਿੱਤਾ ਸਾਹਿਬ ਜੀਆਂ ਨੇ ਪਹਿਲਾਂ ਛੱਡਿਆ। ਉਹਨਾਂ ਦੀ ਕਿਰਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਕਰਵਾਈ, ਫੁੱਲ ਉੱਥੇ ਪਵਾਏ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪਤਾਲਪੁਰੀ ਸਰੀਰ ਛੱਡ ਕੇ ਇਹ ਕਾਰਜ ਕੀਤਾ, ਅਤੇ ਉਸ ਤੋਂ ਬਾਅਦ ਵਿੱਚ ਇਹ ਸਿੱਖ ਧਰਮ ਦੇ ਵਿੱਚ ਇੱਕ ਮਰਿਆਦਾ ਬਣ ਗਈ ਵੀ ਇਸ ਜਗ੍ਹਾ ਦੇ ਉੱਪਰ ਆ ਕੇ ਜਿਹੜੇ ਫੁੱਲ ਨੇ ਉਹ ਮ੍ਰਿਤਕ ਦੇ ਪਾਏ ਜਾਂਦੇ। ਸੋ ਰੋ ਵਿਚਾਰ ਕਹਿਣ ਲੱਗੇ ਵੀ ਇਹ ਕੀਰਤਪੁਰ ਸ਼ਹਿਰ ਦੇ ਜਿਹੜੇ ਵਾਸੀ ਨੇ ਨਾ ਬਾਬਾ ਗੁਰਦਿੱਤਾ ਜੀਆਂ ਦੇ ਨਾਲ ਬੜਾ ਪਿਆਰ ਕਰਦੇ, ਕਿਉਂਕਿ ਇਹ ਸ਼ਹਿਰ ਉਹਨਾਂ ਨੇ ਵਸਾਇਆ ਹੈ ਅਤੇ ਸਾਰੇ ਸ਼ਹਿਰ ਵਿੱਚ ਜਦੋਂ ਖਬਰ ਪਹੁੰਚੀ ਹੈ ਅਤੇ ਸੁਣ ਕੇ ਸਾਰਿਆਂ ਦੇ ਮਨ ਵਿੱਚ ਸ਼ੋਕ ਵਧਿਆ, ਚਿੰਤਾ ਵਧੀ ਹੈ, ਸਾਰੀਆਂ ਸੰਗਤਾਂ ਵਿਰਲਾਪ ਕਰਦੀਆਂ ਹਨ। ਬਾਬਾ ਬਿਧੀ ਚੰਦ ਜੀ ਅਤੇ ਹੋਰ ਵੀ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਸੇਵਕ ਪਿਆਰੇ ਹਨ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਨਾਲ ਲੈ ਲਿਆ। ਬਿਧੀ ਚੰਦ ਨੂੰ ਆਵਾਜ਼ ਮਾਰੀ, ਚੱਲ ਭਾਈ ਅਸੀਂ ਚੱਲੇ ਹਾਂ ਨਾਲ ਚੱਲੋ। ਹੋਰ ਵੀ ਕੁਝ ਪਿਆਰੇ ਸਿੱਖ ਮਹਾਰਾਜ ਨੇ ਨਾਲ ਲਏ ਹਨ। ਸਤਿਗੁਰੂ ਜੀ ਬੜੀ ਛੇਤੀ ਦੇ ਨਾਲ ਉਸ ਜਗ੍ਹਾ ਦੇ ਉੱਪਰ ਪਹੁੰਚ ਗਏ ਹਨ ਅਤੇ ਉਸ ਵੇਲੇ ਵੇਖ ਲਿਆ ਵੀ ਸਾਡਾ ਜਿਹੜਾ ਪੁੱਤਰ ਹੈ ਉਹ ਸਰੀਰ ਤਿਆਗ ਕੇ ਪਿਆ ਹੋਇਆ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇਖਿਆ ਹੈ, ਉਸ ਵੇਲੇ ਸਤਿਗੁਰੂ ਉੱਥੇ ਕੁਝ ਸਮਾਂ ਰੁਕ ਗਏ। ਇੰਨੇ ਚਿਰ ਨੂੰ ਜਿਹੜੀਆਂ ਕੀਰਤਪੁਰ ਦੀਆਂ ਸੰਗਤਾਂ ਸਨ ਉਹਨਾਂ ਨੂੰ ਜਿਵੇਂ ਜਿਵੇਂ ਪਤਾ ਲੱਗਾ ਉਹ ਵੀ ਸਾਰੀਆਂ ਦੌੜ ਦੌੜ ਕੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਅਤੇ ਸਾਰਿਆਂ ਨੇ ਆਪੋ ਆਪਣੇ ਕੰਮ ਭੁਲਾ ਦਿੱਤੇ। ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਲਈਆਂ, ਇਸੇ ਤਰ੍ਹਾਂ ਜਿਹੜੇ ਹੋਰ ਮਜ਼ਦੂਰੀ ਕਰਨ ਵਾਲੇ, ਵਪਾਰ ਕਰਨ ਵਾਲੇ, ਕਾਰੋਬਾਰ ਕਰਨ ਵਾਲੇ ਸਾਰੇ ਕੰਮ ਆਪੋ ਆਪਣੇ ਬੰਦ ਕਰਕੇ ਅਤੇ ਝਾਟ ਹੀ ਦੌੜ ਕੇ ਉੱਥੇ ਪਹੁੰਚੇ ਜਿੱਥੇ ਬਾਬਾ ਗੁਰਦਿੱਤਾ ਸਾਹਿਬ ਜੀਆਂ ਨੇ ਭਾਣਾ ਵਰਤਾਇਆ ਹੈ। ਸਾਰੇ ਹੀ ਮਨ ਦੇ ਵਿੱਚ ਬੜਾ ਵਿਰਾਹ ਕਰਦੇ ਨੇ, ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨਾਲ ਐਸਾ ਪਿਆਰ ਕਰਦੇ ਹਨ ਅਤੇ ਨਾਲੇ ਹੀ ਇਸ ਤਰ੍ਹਾਂ ਸਿਮਰਦੇ ਨੇ ਗੁਰੂ ਨੂੰ, ਵਾਹਿਗੁਰੂ ਮੰਤਰ ਦਾ ਜਾਪ ਕਰਦੇ। ਇੰਨੇ ਚਿਰ ਨੂੰ ਮਾਤਾ ਨਾਨਕੀ ਜੀ ਵੀ ਉੱਥੇ ਪਹੁੰਚ ਗਿਆ, ਮਾਤਾ ਮਰਵਾਹੀ ਜੀ ਉੱਥੇ
ਉੱਥੇ ਪਹੁੰਚ ਗਏ। ਇਹ ਦੋਨੇ ਮਾਤਾਵਾਂ ਉਸ ਵੇਲੇ ਪਹੁੰਚੀਆਂ ਹਨ। ਆਪਣੇ ਪੁੱਤਰ ਦਾ ਮੁੱਖ ਵੇਖਿਆ ਜਿਸ ਵੇਲੇ ਮਾਤਾ ਨਾਨਕੀ ਜੀ ਮਾਤਾ ਮਰਵਾਹੀ ਜੀਆਂ ਨੇ, ਉਸ ਵੇਲੇ ਮਨ ਦੇ ਵਿੱਚ ਬਹੁਤ ਜ਼ਿਆਦਾ ਵੈਰਾਗ ਕਰਦੇ ਹਨ। ਸੋ ਉਸ ਵੇਲੇ ਮਾਤਾ ਜੀ ਗੁਣਾਂ ਦਾ ਵਰਣਨ ਕਰਦੇ ਕਹਿਣ ਲੱਗੇ, ਪੁੱਤਰ ਜੀ ਤੁਸੀਂ ਵੱਡੇ ਯੋਧੇ ਸੀ ਜੰਗ ਮੈਦਾਨ ਦੇ ਵਿੱਚ, ਔਰ ਸਾਰਿਆਂ ਗੁਣਾਂ ਕਰਕੇ ਤੁਸੀਂ ਸੰਪੂਰਨ ਹੋ, ਇਹ ਤੁਹਾਡੇ ਵਿੱਚ ਵੱਡੇ ਗੁਣ ਸਨ। ਤੇ ਤੁਸੀਂ ਫਿਰ ਗੁਰੂ ਪਾਤਸ਼ਾਹ ਦੇ ਵੱਡੇ ਪੁੱਤਰ ਸੀ ਔਰ ਬੜੇ ਸੁੱਖਾਂ ਨੂੰ ਦੇਣ ਵਾਲੇ ਹੋ। ਅਸੀਂ ਤੁਹਾਡਾ ਜਦੋਂ ਵੀ ਮੁੱਖ ਵੇਖਿਆ, ਗੁਰਮੁਖੋ ਇਤਿਹਾਸ ਦੇ ਬਚਨ ਨੇ ਵੀ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਚਿਹਰਾ ਹਰ ਵੇਲੇ ਖਿੜਿਆ ਰਹਿੰਦਾ ਸੀ, ਹਰ ਵੇਲੇ ਪ੍ਰਸੰਨਤਾ ਮੁੱਖ 'ਤੇ, ਕਦੇ ਵੀ ਉਦਾਸੀ ਜਾਂ ਚਿੰਤਾ ਨਹੀਂ ਹੈ, ਕਦੇ ਵੀ ਸ਼ੋਕ ਜਾਂ ਗਮ ਨਹੀਂ ਹੈ। ਮਾਤਾ ਜੀ ਕਹਿ ਰਿਹਾ ਕਹਿੰਦੇ, ਪੁੱਤਰ ਜਨਮ ਤੋਂ ਲੈ ਕੇ ਅੱਜ ਤੱਕ ਤੁਹਾਡਾ ਚਿਹਰਾ ਹਮੇਸ਼ਾ ਹੱਸਦਾ ਹੀ ਵੇਖਿਆ ਹੈ, ਖਿੜਿਆ ਹੀ ਵੇਖਿਆ ਹੈ, ਐਸੀ ਤੁਹਾਡੀ ਸੁਰਤੀ ਬਿਰਤੀ ਹੈ। ਇਹ ਤੁਸੀਂ ਇੰਨੀ ਛੇਤੀ ਸਰੀਰ ਛੱਡਿਆ, ਇਹਦਾ ਕਾਰਨ ਕੀ ਹੈ? ਮਾਤਾਵਾਂ ਨੂੰ ਇਸ ਗੱਲ ਦਾ ਹਾਲੇ ਪਤਾ ਨਹੀਂ ਹੈ ਵੀ ਮਰੀ ਗਊ ਜਿਉਂਦਾ ਕੀਤੀ ਹੈ ਅਤੇ ਪਿਤਾ ਸਤਿਗੁਰਾਂ ਦਾ ਬਚਨ ਮੰਨ ਕੇ ਸਰੀਰ ਛੱਡਿਆ ਹੈ। ਮਾਤਾਵਾਂ ਕਹਿ ਰਹੀਆਂ, ਪੁੱਤਰ ਕੀ ਹੋਇਆ, ਤੰਦਰੁਸਤੀ ਵਾਲਾ ਚੜ੍ਹਦੀ ਕਲਾ ਵਾਲਾ ਸਰੀਰ ਹੈ ਅਤੇ ਤੁਸੀਂ ਛੱਡ ਕੇ ਸੱਚਖੰਡ ਚਲੇ ਗਏ। ਇੱਧਰੋਂ ਗੁਰੂ ਹਰਿ ਰਾਏ ਸਾਹਿਬ ਜੀ, ਛੋਟੀ ਉਮਰ ਹੈ ਮਹਾਰਾਜ ਸਾਹਿਬ ਜੀਆਂ ਦੀ, ਹਾਲੇ ਬਚਪਨ ਦੇ ਵਿੱਚ ਹੀ ਨੇ, ਸੋ ਉਹਨਾਂ ਨੂੰ ਵੀ ਲਿਆਂਦਾ ਸੇਵਾਦਾਰਾਂ ਨੇ। ਅਤੇ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਭਾਵੇਂ ਹਾਲੇ ਗੁਰੂ ਪਦਵੀ 'ਤੇ ਨਹੀਂ, ਪਰ ਹੁਣ ਤਾਂ ਗੁਰੂ ਪਦਵੀ ਹੈ ਉਹਨਾਂ ਦੇ ਕੋਲ। ਜਦੋਂ ਗੁਰੂ ਹਰਿ ਰਾਏ ਸਾਹਿਬ ਜੀਆਂ ਨੇ ਆਪਣੇ ਪਿਤਾ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਮੁੱਖ ਨੂੰ ਵੇਖਿਆ ਹੈ ਅਤੇ ਸਾਰਾ ਪਰਿਵਾਰ ਵੀ ਵਿਰਲਾਪ ਕਰਦਾ ਵਿਰਾਗ ਕਰਦਾ ਪਿਆ। ਹੁਣ ਗੁਰੂ ਹਰਿ ਰਾਏ ਸਾਹਿਬ ਜੀ ਕਦੇ ਆਪਣੇ ਪਿਤਾ ਦੇ ਮੁੱਖ ਨੂੰ ਵੇਖਦੇ ਨੇ, ਕਦੇ ਪਰਿਵਾਰ ਵੱਲ ਵੇਖਦੇ, ਮਾਤਾਵਾਂ ਦੇ ਵੱਲ, ਆਪਣੀਆਂ ਜਿਹੜੀਆਂ ਦਾਦੀਆਂ ਨੇ ਕਦੇ ਉਹਨਾਂ ਦੇ ਵੱਲ ਵੇਖਦੇ, ਇਹ ਸਾਰਾ ਕੁਝ ਵੇਖ ਕੇ ਫਿਰ। ਸੋ ਛੋਟੀ ਉਮਰ ਹੈ ਗੁਰੂ ਹਰਿ ਰਾਏ ਸਾਹਿਬ ਜੀਆਂ ਦੀ, ਭਾਵੇਂ ਉਮਰਾਂ ਛੋਟੀ ਹੈ ਪਰ ਜੋਤ ਤੇ ਗੁਰੂ ਨਾਨਕ ਸਾਹਿਬ ਦੀ ਵੱਡੀ ਹੈ ਨਾ, ਕੋਈ ਫਰਕ ਨਹੀਂ ਹੈ। ਸੋ ਉਮਰਾਂ ਨੂੰ ਇੱਥੇ ਮੁੱਖ ਨਹੀਂ ਰੱਖ ਲੈਣਾ। ਸੋ ਇਹ ਜਿਹੜੇ ਵੱਡੇ ਪੁਰਸ਼ ਨੇ ਉਹਨਾਂ ਦੇ ਕਾਰਜ ਵੀ ਵੱਡੇ ਹੁੰਦੇ ਅਤੇ ਕਹਿਣ ਲੱਗੇ ਸਤਿਗੁਰੂ ਸਭ ਕੁਝ ਦੇਖ ਕੇ, ਅਤੇ ਉਸ ਵੇਲੇ ਸਤਿਗੁਰਾਂ ਨੇ ਕੋਈ ਬਚਨ ਨਹੀਂ ਕੀਤਾ ਗੁਰੂ ਹਰਿ ਰਾਏ ਸਾਹਿਬ ਜੀਆਂ ਨੇ, ਕੋਈ ਦੁੱਖ ਦਾ, ਕੋਈ ਸੰਕਟ ਦਾ, ਕੋਈ ਰੋਣ ਦਾ, ਚੁੱਪ ਕਰਕੇ ਇਹ ਸਾਰਾ ਕਾਰਜ ਵੇਖਦੇ ਪਏ ਹਨ। ਕਹਿਣ ਲੱਗੇ ਵੀ ਬਾਬਾ ਜੀਆਂ ਦਾ ਮੁੱਖ ਬੜਾ ਸੁੰਦਰ ਹੈ ਅਤੇ ਇਸ ਤਰ੍ਹਾਂ ਕਹਿੰਦੇ ਵੀ ਸਾਰੇ ਕਾਰਜ ਹੋ ਰਹੇ। ਮਹਾਰਾਜ ਜੀਆਂ ਨੇ ਦੀਵਾਨ ਸਜਾਇਆ, ਫਿਰ ਸੰਗਤਾਂ ਕੋਲ ਬੈਠੀਆਂ ਹੋਈਆਂ ਹਨ। ਫਿਰ ਗੁਰੂ ਹਰਿ ਰਾਏ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਸੰਸਕਾਰ ਕਰਨ ਵਾਸਤੇ ਸਾਰੀ ਸਮੱਗਰੀ ਮੰਗਾਈ ਹੈ। ਮਹਾਰਾਜ ਕਹਿੰਦੇ ਲਿਆਓ ਭਾਈ ਚੰਦਨ ਦੀ ਲੱਕੜ ਚਿਖਾ ਤਿਆਰ ਕਰੀਏ, ਘਿਓ ਇਤਿਆਦਿਕ ਜਿਹੜੀ ਸਮੱਗਰੀ ਪਾਈ ਜਾਂਦੀ ਹੈ ਸੋ ਸਰੀਰ ਦੇ ਉੱਪਰੋਂ ਮੰਗਾਇਆ ਹੈ। ਸਾਰੀਆਂ ਸੰਗਤਾਂ ਸੇਵਾ ਵਿੱਚ ਲੱਗੀਆਂ ਹੋਈਆਂ। ਇਸ ਤਰ੍ਹਾਂ ਕਹਿਣ ਲੱਗੇ ਵੀ ਮਹਾਰਾਜ ਸਾਹਿਬ ਜੀਆਂ ਨੇ ਇਹ ਜਿਹੜੇ ਸਾਰੇ ਕਾਰਜ ਹਨ ਕੀਤੇ ਹਨ। ਫਿਰ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਜਿਹੜਾ ਸਰੀਰ ਦਾ ਇਸ਼ਨਾਨ ਹੈ ਉਹ ਕਰਵਾਇਆ ਗਿਆ ਹੈ ਅਤੇ ਫਿਰ ਸਰੀਰ ਦੇ ਉੱਪਰ ਬਸਤਰ ਪਾਏ। ਕਿਹੜੇ ਬਸਤਰ ਪਾਏ? ਨਵੇਂ ਬਸਤਰ ਗਲ ਦੇ ਵਿੱਚ ਪਾਏ। ਸਿੱਖ ਮਰਿਆਦਾ ਵਿੱਚ ਇਹ ਬਚਨ ਲਿਖਿਆ ਹੋਇਆ ਹੈ ਕਿ ਜਦੋਂ ਕੋਈ ਪ੍ਰਾਣੀ ਸਰੀਰ ਛੱਡ ਜਾਂਦਾ ਹੈ ਨਾ, ਉਹਦੀ ਅੰਤਿਮ ਕਿਰਿਆ ਕਰਦੇ ਆ, ਕਈ ਲੋਕ ਚਾਦਰ ਵਿੱਚ ਸਰੀਰ ਨੂੰ ਲਪੇਟ ਦਿੰਦੇ ਨੇ ਜਾਂ ਅੱਧਾ ਸੀਤਾ ਅੱਧਾ ਨਾ ਸੀਤਾ ਕੱਪੜਾ ਗਲ ਵਿੱਚ ਪਾਇਆ ਜਾਂਦਾ, ਜਿਸ ਨੂੰ ਖੱਫਣ ਕਹਿ ਦਿੱਤਾ ਜਾਂਦਾ ਹੈ। ਪਰ ਸਿੱਖ ਮਰਿਆਦਾ ਇਹ ਗੱਲ ਕਹਿੰਦੀ ਹੈ ਵੀ ਜਿਹੜੇ ਕੱਪੜੇ ਬੰਦੇ ਨੇ ਜਿਉਂਦਿਆਂ
ਆਪਣੇ ਸਰੀਰ 'ਤੇ ਪਾਏ ਨੇ, ਉਸੇ ਤਰ੍ਹਾਂ ਦੇ ਕੱਪੜੇ ਸੀਤੇ ਹੋਏ ਜਿਹੜੇ ਨੇ ਉਹ ਗਲ ਵਿੱਚ ਪਹਿਨਦੇ ਨੇ। ਪੱਗ ਬੰਨਦਾ, ਦਸਤਾਰ ਪਾਉਂਦਾ, ਕੁੜਤਾ ਪਜਾਮਾ ਪਾਉਂਦਾ ਜਾਂ ਜਿਹੜੇ ਵੀ ਉਹ ਵਸਤਰ ਪਾਉਂਦਾ, ਉਸ ਤਰ੍ਹਾਂ ਦੇ ਪੂਰੇ ਸੀਤੇ ਸਿਲਾਏ ਵਸਤਰ ਜਿਹੜੇ ਨੇ ਉਹਦੇ ਇਸ਼ਨਾਨ ਤੋਂ ਮਗਰੋਂ ਉਹਦੇ ਨਾਲ ਪਾਏ ਜਾਣ, ਉਹਨੂੰ ਪਾ ਦਿੱਤੇ ਜਾਣ। ਅਤੇ ਜੇ ਉਹਨੇ ਅੰਮ੍ਰਿਤ ਛਕਿਆ ਤਾਂ ਫਿਰ ਉਹਦੇ ਲੱਕ ਦੇ ਨਾਲ ਇੱਕ ਕਛਹਿਰਾ ਇੱਕ ਤੌਲੀਆ ਵੀ ਬੱਧਾ ਜਾਏ। ਇਹ ਸਿੱਖ ਮਰਿਆਦਾ ਇਹ ਗੱਲ ਕਹਿੰਦੀ ਹੈ। ਸੋ ਕਹਿੰਦੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਇਸ਼ਨਾਨ ਕਰਵਾਇਆ ਅਤੇ ਫਿਰ ਸੋਹਣੇ ਅਤੇ ਨਵੇਂ ਵਸਤਰ ਜਿਸ ਤਰ੍ਹਾਂ ਦੇ ਉਹ ਪਹਿਲਾਂ ਪਾਉਂਦੇ ਸਨ ਇਹੋ ਜਿਹੇ ਵਸਤਰ ਗਲ ਵਿੱਚ ਪਹਿਨਾਏ ਹਨ। ਅਤੇ ਫਿਰ ਚਿਖਾ ਤਿਆਰ ਹੋ ਗਈ ਅਤੇ ਚਿਖਾ ਦੇ ਉੱਪਰ ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਸਰੀਰ ਵਿਰਾਜਮਾਨ ਕੀਤਾ ਹੈ। ਅਤੇ ਪੁੱਤਰ ਦਾ ਫਰਜ਼ ਬਣਦਾ, ਪੁੱਤਰ ਦੀ ਇਹ ਕਿਰਿਆ ਵੀ ਜਦੋਂ ਬਾਪ ਚੜ੍ਹਾਈ ਕਰ ਜਾਂਦਾ ਅਤੇ ਪੁੱਤਰ ਚਿਖਾ ਨੂੰ ਅੱਗ ਵਿਖਾਉਂਦਾ ਹੈ। ਸੋ ਇਸੇ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਪੁੱਤਰ ਨੇ, ਸੋ ਉਸ ਪੁੱਤਰ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਜਿਹੜੀ ਹੈ ਉਹ ਵਿਖਾਈ, ਚੰਡਾ ਲਾਇਆ ਸੰਸਕਾਰ ਕਰਨ ਦੇ ਵਾਸਤੇ। ਪੂਰੀ ਵਿਧੀ ਜਿਹੜੀ ਗੁਰੂ ਘਰ ਦੀ ਮਰਿਆਦਾ ਮੁਤਾਬਕ ਸਾਰਾ ਇਹ ਕਾਰਜ ਕੀਤਾ ਹੈ। ਸਾਰੀਆਂ ਸੰਗਤਾਂ ਵੈਰਾਗ ਕਰ ਰਹੀਆਂ ਹਨ। ਇਸ ਤਰ੍ਹਾਂ ਮਹਾਰਾਜ ਨੇ ਕੜਾ ਪ੍ਰਸ਼ਾਦ ਵਰਤਾ ਕੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਫਿਰ ਸਾਰੀਆਂ ਸੰਗਤਾਂ ਨੇ ਫਿਰ ਇਸ਼ਨਾਨ ਪਾਨ ਸੰਸਕਾਰ ਤੋਂ ਮਗਰੋਂ ਕੀਤਾ ਹੈ। ਸਤਿਗੁਰਾਂ ਨੇ ਦੀਵਾਨ ਸਜਾਇਆ, ਸੰਗਤਾਂ ਬੈਠ ਗਈਆਂ, ਸੰਗਤ ਵਾਸਤੇ ਕੜਾ ਪ੍ਰਸ਼ਾਦ ਬਣਾਇਆ ਗਿਆ ਔਰ ਸੰਗਤ ਵਿੱਚ ਫਿਰ ਵਰਤਾਇਆ ਗਿਆ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਨੂੰ ਫਿਰ ਇਸ ਤਰ੍ਹਾਂ ਕਹਿਣ ਲੱਗੇ, ਹੁਣ ਮਹਾਰਾਜ ਜੀ ਵਰ ਦਿੰਦੇ ਪਏ। ਗੁਰਮੁਖੋ ਕੀਰਤਪੁਰ ਸਾਹਿਬ ਜਾਂਦੇ ਹੋ ਨਾ ਦਰਸ਼ਨ ਕਰਨ ਵਾਸਤੇ, ਉਸ ਧਰਤੀ ਦਾ ਫਲ ਕੀ ਹੈ ਉਹ ਇੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ। ਮਹਾਰਾਜ ਕਹਿਣ ਲੱਗੇ, ਭਾਈ ਧਰੇ ਕਾਮਨਾ ਜੋ ਸਿੱਖ ਆਵੇ, ਜਿਹੜਾ ਸਿੱਖ ਇੱਥੇ ਕਾਮਨਾ ਲੈ ਕੇ ਆਵੇਗਾ, ਕੋਈ ਮਨ ਦੇ ਵਿੱਚ ਫੁਰਨਾ ਹੋਵੇਗਾ ਨਾ ਵੀ ਮਹਾਰਾਜ ਮੈਨੂੰ ਇਹ ਦਾਤ ਮਿਲੇ, ਕਹਿੰਦੇ ਜਿਹੜਾ ਇਸ ਤਰ੍ਹਾਂ ਦੀ ਮਨ ਵਿੱਚ ਕੋਈ ਦਾਤ ਦੀ ਇੱਛਾ ਲੈ ਕੇ ਕਹਿੰਦੇ ਇਸ ਸਥਾਨ 'ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ 'ਤੇ ਜਦੋਂ ਆ ਕੇ ਮੱਥਾ ਟੇਕਦਾ ਹੈ, ਇੱਥੇ ਕੜਾ ਪ੍ਰਸ਼ਾਦ ਚੜ੍ਹਾਵੇ, ਭੇਟ ਕਰੇ ਅਤੇ ਉਹ ਕੜਾ ਪ੍ਰਸ਼ਾਦ ਫਿਰ ਸੰਗਤਾਂ ਨੂੰ ਵਰਤਾਇਆ ਜਾਵੇ, ਅਰਦਾਸ ਕਰਕੇ ਅਤੇ ਕਹਿੰਦੇ ਫਿਰ ਅਤੇ ਸ਼ਰਧਾ ਦੇ ਸਮੇਤ ਦਰਸ਼ਨ ਕਰੇ। ਮਨ ਵਿੱਚ ਭਾਵਨਾ ਹੋਵੇ ਪੂਰੀ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਭਰੋਸੇ ਦੇ ਨਾਲ ਜਦੋਂ ਦਰਸ਼ਨ ਕਰਦਾ ਹੈ ਅਤੇ ਮਹਾਰਾਜ ਕਹਿੰਦੇ ਭਾਈ ਉਹਨੂੰ ਮਨ ਇੱਛਤ ਫਲ ਜਿਹੜੇ ਨੇ ਉਹ ਇਸ ਪਵਿੱਤਰ ਪਾਵਨ ਸਥਾਨ ਤੋਂ ਪ੍ਰਾਪਤ ਹੋਣਗੇ। ਇਹ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਬਖਸ਼ਿਸ਼ ਵਾਲਾ ਵਰ ਹੈ ਔਰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਉਸ ਸਥਾਨ ਨੂੰ ਕਹਿਣ ਲੱਗੇ ਜਿਹੜਾ ਇੱਥੇ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਕਾ ਸਿੱਖ ਦਰਸ਼ਨ ਕਰੇਗਾ, ਕੜਾ ਪ੍ਰਸਾਦ ਇੱਥੇ ਲਵਾਵੇਗਾ, ਭੋਗਾ ਕੇ ਪਾਤਸ਼ਾਹ ਜੀਆਂ ਨੂੰ ਅਤੇ ਭਾਵਨਾ ਰੱਖੇਗਾ, ਉਹਦੀ ਮਨ ਦੀ ਕਾਮਨਾ ਇੱਥੇ ਪੂਰੀ ਹੋਵੇਗੀ। ਆਪਾਂ ਜਿਹੜਾ ਬਚਨ ਪੜ੍ਹਦੇ ਹਾਂ ਨਾ, ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਬਚਨ ਕਰ ਰਹੇ ਨੇ ਇਤਿਹਾਸ ਦੇ ਵਿੱਚ ਵੀ ਭਾਈ ਉਹਨੂੰ ਇਹ ਦਾਤ ਇਸ ਪਵਿੱਤਰ ਸਥਾਨ ਤੋਂ ਪ੍ਰਾਪਤ ਹੋਵੇਗੀ, ਐਸੀ ਬਖਸ਼ਿਸ਼ ਕਰਦੇ ਹਨ। ਅਤੇ ਨਾਲ ਹੀ ਬਚਨ ਕੀਤਾ, ਉਹ ਜਿਹੜੀ ਸੋਟੀ ਗੱਡੀ ਸੀ ਨਾ ਬਾਬਾ ਗੁਰਦਿੱਤਾ ਜੀਆਂ ਨੇ ਨਿੰਮ ਦੀ, ਆਪਾਂ ਪਿੱਛੇ ਇਤਿਹਾਸ ਵਿੱਚ ਸਰਵਣ ਕੀਤਾ ਹੈ, ਜਦੋਂ ਗਾਂ ਮਰ ਗਈ ਸੀ ਅਤੇ ਇੱਕ ਰੁੱਖ ਦੀ ਸੋਟੀ ਤੋੜ ਕੇ ਨਿੰਮ ਦੀ, ਉਹ ਸੋਟੀ ਗਾਂ ਦੀ ਧੌਣ ਨੂੰ ਲਾ ਕੇ ਆਖਿਆ ਸੀ ਵੀ ਗਾਂ ਉੱਠ ਕੇ ਅਤੇ ਘਾਹ ਖਾ, ਉਹ ਖਾਣ ਲੱਗ ਪਈ, ਘਾਹ ਉੱਠ ਪਈ, ਜਿਉਂਦਾ ਹੋ ਗਈ।
ਜਦੋਂ ਸਤਿਗੁਰਾਂ ਨੇ ਆਖਿਆ ਬਾਬਾ ਗੁਰਦਿੱਤਾ ਸਾਹਿਬ ਜੀ ਜਾਂ ਤੁਸੀਂ ਸਰੀਰ ਛੱਡ ਦਿਓ ਜਾਂ ਫਿਰ ਅਸੀਂ ਛੱਡਣ ਲੱਗੇ ਹਾਂ, ਅਤੇ ਬਾਬਾ ਗੁਰਦਿੱਤਾ ਸਾਹਿਬ ਨੇ ਸਰੀਰ ਛੱਡਣ ਤੋਂ ਪਹਿਲਾਂ ਉਹ ਸੋਟੀ ਜਿਹੜੀ ਸੀ ਆਪਣੇ ਸਿਰਹਾਣੇ ਵਾਲੇ ਪਾਸੇ ਗੱਢ ਦਿੱਤੀ। ਉਹ ਕਹਿੰਦੇ ਉਸੇ ਤਰ੍ਹਾਂ ਹੀ ਗੱਡੀ ਹੋਈ ਹੈ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਉਸ ਸੋਟੀ ਨੂੰ ਗੱਡਿਆ ਹੋਇਆ ਵੇਖ ਕੇ, ਅਤੇ ਮਹਾਰਾਜ ਕਹਿੰਦੇ ਗੁਰਮੁਖੋ ਆਉਣ ਵਾਲੇ ਸਮੇਂ ਵਿੱਚ ਇਹ ਸੋਟੀ ਤੋਂ ਵੱਡਾ ਰੁੱਖ ਬਣੇਗਾ, ਇਹ ਨਿੰਮ ਜਿਹੜੀ ਹੈ ਵੱਡੇ ਰੁੱਖ ਦਾ ਆਕਾਰ ਲੈ ਲਵੇਗੀ। ਕਹਿਣ ਲੱਗੇ ਇਹ ਨਿਸ਼ਾਨੀ ਹੈ, ਇਹ ਬਾਬਾ ਗੁਰਦਿੱਤਾ ਸਾਹਿਬ ਜੀਆਂ ਦੇ ਜਿਵੇਂ ਵੱਡੇ ਦਰਸ਼ਨ ਨੇ, ਕਹਿੰਦੇ ਇਸੇ ਤਰ੍ਹਾਂ ਇਹ ਰੁੱਖ ਵੀ ਬੜਾ ਵੱਡਾ ਹੋਵੇਗਾ, ਇਸ ਰੁੱਖ ਦੀ ਬੜੀ ਲੰਮੀ ਉਮਰਾਂ ਹੋਵੇਗੀ, ਕਈ ਸਾਲਾਂ ਤੱਕ ਕਈ ਸਦੀਆਂ ਤੱਕ ਇਹ ਜਿਹੜਾ ਰੁੱਖ ਹੈ ਉਹਨਾਂ ਦੀ ਯਾਦ ਵਿੱਚ ਇੱਥੇ ਇਹ ਜਿਹੜਾ ਹਰਿਆ ਭਰਿਆ ਰਹੇਗਾ, ਇਹ ਬਚਨ ਬਖਸ਼ਿਸ਼ ਹੋਈ ਹੈ। ਜਿਹੜਾ ਵੀ ਇੱਥੇ ਆ ਕੇ ਨਮਸਕਾਰਾਂ ਕਰੇਗਾ, ਬਾਬਾ ਜੀ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਦਾ ਹੈ, ਉਸ ਦੇ ਘਰ ਦੇ ਵਿੱਚ ਸਾਰੀਆਂ ਵਸਤੂਆਂ ਪ੍ਰਾਪਤ ਹੋ ਜਾਣਗੀਆਂ ਜਿਹੜੀਆਂ ਵੀ ਭਾਵਨਾ ਦੇ ਨਾਲ ਰੱਖੀਆਂ ਹੋਈਆਂ ਹਨ। ਤੇ ਪਾਤਸ਼ਾਹ ਕਹਿੰਦੇ ਨਿਤਾ ਪ੍ਰਾਥੀ ਇੱਥੇ ਕੜਾਹ ਪ੍ਰਸ਼ਾਦੀਆਂ ਦੇਗਾਂ ਵਰਤਣਗੀਆਂ, ਇੱਥੇ ਬੇਅੰਤ ਸੰਗਤਾਂ ਆਉਣਗੀਆਂ ਔਰ ਰੱਜ ਕੇ ਅੰਨ ਭੰਡਾਰਾ ਇੱਥੇ ਮਿਲਿਆ ਕਰੇਗਾ। ਜਿਹੜਾ ਵੀ ਦੇਸ਼ ਜਾਂ ਵਿਦੇਸ਼ ਤੋਂ ਇੱਥੇ ਚੱਲ ਕੇ ਆਉਂਦਾ ਹੈ, ਮਹਾਰਾਜ ਕਹਿਣ ਲੱਗੇ ਉਹਨੂੰ ਕਿਤਿਓਂ ਮਿਲੇ ਤੇ ਭਾਵੇਂ ਨਾ ਮਿਲੇ ਪਰ ਇੱਥੋਂ ਕੜਾਹ ਪ੍ਰਸ਼ਾਦ ਜ਼ਰੂਰ ਮਿਲੇਗਾ, ਐਸੀਆਂ ਬਖਸ਼ਿਸ਼ਾਂ ਮਹਾਰਾਜ ਨੇ ਵਰਤਾਈਆਂ ਹਨ। ਮਹਾਰਾਜ ਕਹਿਣ ਲੱਗੇ ਇਹ ਆਉਣ ਵਾਲੇ ਸਮੇਂ ਵਿੱਚ ਬੜਾ ਵੱਡਾ ਪੁੰਨ ਵਾਲਾ ਸਥਾਨ ਬਣੇਗਾ, ਵੱਡਾ ਸਥਾਨ ਬਣ ਕੇ ਦੁਨੀਆਂ ਵਿੱਚ ਪ੍ਰਗਟ ਹੋਵੇਗਾ। ਜਿਹੜਾ ਵੀ ਭਾਈ ਇੱਥੇ ਦਰਸ਼ਨ ਕਰੇਗਾ ਉਹਦੇ ਕਈ ਤਰ੍ਹਾਂ ਦੇ ਪਾਪ ਜਿਹੜੇ ਨਾਸ ਹੋ ਜਾਣਗੇ, ਜਿਹੜਾ ਇੱਥੇ ਸੇਵਾ ਕਰੇਗਾ ਆ ਕੇ ਉਹਦੇ ਮਨ ਦੀ ਮੈਲ ਲੈ ਜਾਏਗੀ, ਮਨ ਪਵਿੱਤਰ ਹੋ ਜਾਏਗਾ, ਐਸੀ ਬਖਸ਼ਿਸ਼ ਹੋਣੀ ਹੈ। ਅਤੇ ਉਸਨੂੰ ਭਗਤੀ ਵੀ ਮਿਲੇਗੀ, ਉਸਨੂੰ ਗਿਆਨ ਵੀ ਮਿਲੇਗਾ ਔਰ ਸਾਰਿਆਂ ਤੋਂ ਵੱਡੀ ਦਾਤ ਗੁਰੂ ਕੀ ਸਿੱਖੀ ਦੀ ਇਹ ਵੀ ਪ੍ਰਾਪਤ ਹੋ ਜਾਣੀ ਹੈ। ਮਹਾਰਾਜ ਕਹਿਣ ਲੱਗੇ ਭਾਵੇਂ ਪਵੇ ਮੀਂਹ ਅਤੇ ਭਾਵੇਂ ਚੱਲੇ ਹਨੇਰੀ, ਭਾਵੇਂ ਕਿਸ ਤਰ੍ਹਾਂ ਦਾ ਵੀ ਸਮਾਂ ਸੰਕਟ ਵਾਲਾ, ਭਾਵੇਂ ਕਾਲ ਹੀ ਕਿਉਂ ਨਾ ਪੈ ਜਾਵੇ, ਕਹਿੰਦੇ ਜੇ ਇਸ ਤਰ੍ਹਾਂ ਦਾ ਸਮਾਂ ਵੀ ਬਣ ਜਾਵੇ, ਅਤੇ ਮਹਾਰਾਜ ਕਹਿੰਦੇ ਤਾਂ ਵੀ ਭਾਈ ਇੱਥੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਰਹੇਗੀ, ਕਦੇ ਤੋਟ ਹੀ ਨਹੀਂ ਆਵੇਗੀ, ਐਸੀਆਂ ਦਾਤਾਂ ਹੋਣਗੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਤਿਹਾਦਕ ਬੜੀਆਂ ਮਹਿਮਾ ਜਿਹੜੀਆਂ ਨੇ ਨਾ ਉਸ ਪਵਿੱਤਰ ਸਥਾਨ ਦੀਆਂ ਕੀਰਤਪੁਰ ਸਾਹਿਬ ਦੀਆਂ ਕਹਿ ਰਹੇ ਨੇ ਮਹਾਰਾਜ ਸਾਹਿਬ ਜੀ ਵੀ ਇਹਦੀ ਵੱਡੀ ਮਹਿਮਾ ਹੈ। ਹੋਰ ਕਿਹੜੀ ਕਿਹੜੇ ਇੱਥੇ ਵਰ ਮਹਾਰਾਜ ਨੇ ਬਖਸ਼ਿਸ਼ ਕੀਤੇ, ਕਿਹੜੀਆਂ ਕਿਹੜੀਆਂ ਵਡਿਆਈਆਂ ਦੱਸੀਆਂ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸੋ ਗੁਰਮੁਖੋ ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਜੋਤੀ ਜੋਤ ਪੁਰਬ ਹੈ। ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚਖੰਡ ਨੂੰ ਪਿਆਨਾ ਕਰ ਗਏ। ਜਿਸ ਵੇਲੇ ਮਹਾਰਾਜ ਸਾਹਿਬ ਜੀ ਰਹਿ ਰਹੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਭਾਈ ਲਹਿਣਾ ਸਾਹਿਬ ਜੀ ਸੇਵਾ ਵਿੱਚ ਲੱਗੇ ਹੋਏ, ਸਤਿਗੁਰੂ ਜੀਆਂ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਭਾਈ ਲਹਿਣਾ ਸਾਹਿਬ ਜੀਆਂ ਨੂੰ ਗੁਰਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਬਣਾ ਕੇ ਬਚਨ ਕੀਤੇ, ਪੁਰਖਾ ਹੁਣ ਤੁਸੀਂ ਇੱਥੇ ਨਹੀਂ ਰਹਿਣਾ ਕਰਤਾਰਪੁਰ ਦੇ ਵਿੱਚ, ਹੁਣ ਤੁਸੀਂ ਖਡੂਰ ਸਾਹਿਬ ਜਾਓ, ਉੱਥੇ ਜਾ ਕੇ ਸੇਵਾ